ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ। ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਗਣਤੰਤਰ ਦਿਵਸ ਪਰੇਡ ਲਈ ਸੂਬੇ ਦੀ ਝਾਕੀ ਰੱਦ ਕਰਨ ਦਾ ਮਾਮਲਾ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਕੀਤੀ ਆਲੋਚਨਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਸਮੇਤ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ। ਸਰਬੱਤ ਦੇ ਭਲੇ ਲਈ ਕੀਤੀ ਅਰਦਾਸ। ਰਾਹੁਲ ਗਾਂਧੀ ਕਰਨਗੇ ਭਾਰਤ ਨਿਆਂ ਯਾਤਰਾ। ਮਣੀਪੁਰ ਤੋਂ ਮੁੰਬਈ ਤੱਕ ਦਾ ਹੋਵੇਗਾ ਸਫ਼ਰ। 14 ਜਨਵਰੀ ਤੋਂ 20 ਮਾਰਚ ਤੱਕ ਚੱਲੇਗੀ ਭਾਰਤ ਨਿਆਂ ਯਾਤਰਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਗਣਤੰਤਰ ਦਿਵਸ ਪਰੇਡ ਲਈ ਸੂਬੇ ਦੀ ਝਾਕੀ ਰੱਦ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਹੰਕਾਰੀ ਕੇਂਦਰ ਸਰਕਾਰ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਵੱਲੋਂ ਦਿੱਤੇ ਲਾਮਿਸਾਲ ਬਲੀਦਾਨ ਦੀ ਨਿਰਾਦਰੀ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲੀ ਦਫ਼ਾ ਨਹੀਂ ਹੈ, ਸਗੋਂ ਪਿਛਲੇ ਸਾਲ ਵੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅਜਿਹੀ ਸ਼ਰਾਰਤ ਕੀਤੀ ਸੀ ਅਤੇ ਇਸ ਸਾਲ ਵੀ ਝਾਕੀ ਰੱਦ ਕਰਕੇ ਉਹੀ ਹਰਕਤ ਦੁਹਰਾਈ ਗਈ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਜ਼ਖਮਾਂ ਉੱਤੇ ਲੂਣ ਛਿੜਕ ਰਹੀ ਹੈ। ਮੁੱਖ ਮੰਤਰੀ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਸੂਬੇ ਨਾਲ ਮਤਰੇਈਆਂ ਵਾਲਾ ਇਹ ਸਲੂਕ ਕਤਈ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਿੰਨੀ ਬਦਕਿਸਮਤੀ ਵਾਲੀ ਗੱਲ ਹੈ ਕਿ ਇਹ ਫੈਸਲਾ ਉਹਨਾਂ ਦਿਨਾਂ ਦੌਰਾਨ ਲਿਆ ਗਿਆ ਜਦੋਂ ਸਮੁੱਚੀ ਦੁਨੀਆ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਵੱਲੋਂ ਦਿੱਤੇ ਲਾਮਿਸਾਲ ਬਲੀਦਾਨ ਅੱਗੇ ਸਿਰ ਝੁਕਾ ਰਹੀ ਹੈ। ਪਿਛਲੀ 26 ਜਨਵਰੀ ਸਾਡੀ ਮਿਸ ਹੋ ਗਈ, ਦੁੱਖ ਹੋਇਆ ਸਾਨੂੰ, ਤਾਂ ਇਸ ਵਾਰ ਵੀ 26 ਤਰੀਕ ਨੂੰ ਲਿਖੀ ਹੋਈ ਅਤੇ ਅੱਜ ਸਾਡੇ ਕੋਲ ਇੱਕ ਲੈਟਰ ਪਹੁੰਚੀ ਹੈ। ਮੈਂ ਅੱਜ ਕੋਈ ਪ੍ਰੈਸ ਕਾਨਫਰੰਸ ਕਰਨੀ ਨਹੀਂ ਚਾਹੁੰਦਾ ਸੀ, ਅੱਜ ਦਾ ਦਿਨ ਬੜੇ ਸ਼ਰਧਾਂਜਲੀ ਵਾਲਾ ਦਿਨ ਹੈ, ਪਰ ਆਹ ਸਾਡੀਆਂ ਸ਼ਰਧਾਂਜਲੀਆਂ 'ਤੇ ਜਾਂ ਸਾਡੇ ਜ਼ਖਮਾਂ 'ਤੇ ਨਮਕ ਛਿੜਕਣ ਦੀ ਗੱਲ। ਲੈਟਰ ਆਈ ਹੈ ਜੀ, ਉਹਦੇ ਵਿੱਚ ਉਹ ਕਹਿੰਦੇ ਜੀ ਨਹੀਂ, ਕਾਰਨ ਨਹੀਂ ਦੱਸਦੇ ਹੁੰਦੇ ਜੀ। ਉਹ ਕਹਿੰਦੇ ਆ ਜਿਹੜੇ ਸਿਲੈਕਟਡ ਸਟੇਟਸ ਨੇ ਉਹ ਆਹ ਨੇ, 20 ਨੇ ਜੀ, ਦਿੱਲੀ ਵੀ ਹੈ ਨਹੀਂ, ਪੰਜਾਬ ਵੀ ਹੈ ਨਹੀਂ, ਦਿੱਲੀ ਵੀ ਹੈ ਨਹੀਂ। ਮੈਂ ਪੜ੍ਹ ਕੇ ਸੁਣਾ ਦਿੰਦਾ, ਉੱਤਰਾਖੰਡ ਹੈ ਜੀ, ਉੱਤਰ ਪ੍ਰਦੇਸ਼ ਹੈ ਜੀ, ਤੇਲੰਗਾਨਾ, ਤਮਿਲਨਾਡੂ, ਰਾਜਸਥਾਨ, ਉੜੀਸਾ, ਮੇਘਾਲਿਆ, ਮਣੀਪੁਰ, ਮਹਾਰਾਸ਼ਟਰ, ਮੱਧ ਪ੍ਰਦੇਸ਼, ਲਦਾਖ, ਕਰਨਾਟਕਾ, ਝਾਰਖੰਡ, ਹਰਿਆਣਾ, ਗੁਜਰਾਤ, ਗੋਆ, ਛੱਤੀਸਗੜ੍ਹ, ਅਸਾਮ, ਅਰੁਣਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, 90% ਤੋਂ ਉੱਪਰ ਭਾਜਪਾ ਦੁਆਰਾ ਸ਼ਾਸਿਤ ਪ੍ਰਦੇਸ਼ ਨੇ। ਮਤਲਬ ਹੁਣ 26 ਜਨਵਰੀ ਅਤੇ 15 ਅਗਸਤ ਦਾ ਵੀ ਭਗਵਾਕਰਨ ਹੋ ਗਿਆ, ਭਾਜਪਾਕਰਨ ਹੋ ਗਿਆ, ਰਾਜਨੀਤੀਕਰਨ ਹੋ ਗਿਆ। ਅਤੇ ਪਿਛਲੇ ਸਾਲ ਵੀ ਸਾਡੀ ਝਾਕੀ ਨਹੀਂ ਸੀ, ਇਸ ਸਾਲ ਵੀ ਸਾਡੇ ਪੰਜਾਬ ਦੀ ਕੋਈ ਝਾਕੀ ਨਹੀਂ, ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ। ਆਜ਼ਾਦੀਆਂ ਅਸੀਂ ਲੈ ਕੇ ਦਿੱਤੀਆਂ, 15 ਅਗਸਤ ਅਤੇ 26 ਜਨਵਰੀ 'ਚ ਸਾਡੀਆਂ ਤੁਸੀਂ ਝਾਕੀਆਂ ਕੱਢੀ ਜਾਂਦੇ ਹੋ ਕਿ ਨਹੀਂ, ਤੁਹਾਡੀ ਕੋਈ ਲੋੜ ਨਹੀਂ। ਮੈਂ ਕਹਿੰਦਾ ਪੰਜਾਬ ਦੀ ਝਾਕੀ ਤਾਂ ਛੱਡੋ, ਅੰਡੇਮਾਨ ਨਿਕੋਬਾਰ ਦੀ ਝਾਕੀ ਹੁੰਦੀ ਨਾ, ਉਹਦੇ 'ਚ ਵੀ ਪੰਜਾਬੀ ਦਿਖਾਉਣੇ ਪੈਂਦੇ, ਕਿਉਂਕਿ ਜਾ ਕੇ ਦੇਖੋ ਕਾਲੇ ਪਾਣੀ ਜਿਨ੍ਹਾਂ ਦੇ ਨਾਂ ਲਿਖੇ ਨੇ 95% ਪੰਜਾਬੀ ਨੇ, ਫਾਂਸੀ ਵਾਲੇ ਵੀ, ਕਾਲੇ ਪਾਣੀ ਵਾਲੇ ਵੀ। ਸੋ ਮੈਂ ਪੰਜਾਬ ਦੇ 3 ਕਰੋੜ ਲੋਕਾਂ ਨੂੰ ਨਾਲ ਲੈ ਕੇ ਇਸ ਸੰਕਟ ਦਾ ਸਾਹਮਣਾ ਕਰੂੰਗਾ, ਇਕੱਲਾ ਸਿਰਫ ਉੱਥੇ ਵਿਰੋਧ ਨਹੀਂ ਕਰੂੰਗਾ ਮੈਂ ਇਕੱਲਾ। ਇਹੀ ਝਾਕੀਆਂ ਪੰਜਾਬ ਵਾਲੀ 26 ਜਨਵਰੀ 'ਚ ਹੋਣਗੀਆਂ, ਜਿਹੜੀ ਪੰਜਾਬ 'ਚ 26 ਜਨਵਰੀ ਮਨਾਈ ਜਾਊਗੀ, ਜਿੱਥੇ ਮੈਂ ਵੀ ਜਾਊਂਗਾ, ਸਾਡੇ ਮੰਤਰੀ ਵੀ ਜਾਣਗੇ, ਸਪੀਕਰ ਸਾਹਿਬ ਵੀ ਜਾਣਗੇ, ਉੱਥੇ ਇਹ ਝਾਕੀਆਂ ਹੋਣਗੀਆਂ।
ਨਾਲ ਅਸੀਂ ਲਿਖਾਂਗੇ ਰਿਜੈਕਟਡ ਬਾਈ ਸੈਂਟਰ। ਸਾਡਾ ਤਾਂ ਵਿਰਸਾ ਹੈ, ਸਾਨੂੰ ਤਾਂ ਸਾਨੂੰ ਸਾਡਾ ਵਿਰਸਾ ਦਿਖਾਉਣ ਤੋਂ ਨਹੀਂ ਰੋਕ ਸਕਦੇ। ਠੀਕ ਹੈ, ਦਿੱਲੀ ਵਾਲੀ ਉਸ ਰੋਡ ਤੋਂ ਕੱਢ ਲਉਂਗੇ, ਜਿਹੜੀ ਰੋਡ 'ਤੇ ਜਿਹੜੀ ਝਾਕੀਆਂ ਹੁੰਦੀਆਂ ਨੇ ਉਹ 'ਚੋਂ ਸਾਨੂੰ ਤੁਸੀਂ ਛੇਕ ਦੋਗੇ, ਪਰ ਪੰਜਾਬ 'ਚ ਤਾਂ ਅਸੀਂ ਕਰ ਸਕਦੇ ਹਾਂ। ਸੋ ਪੰਜਾਬ ਦੇ ਵਿੱਚ ਝਾਕੀਆਂ 3 ਨੇ ਜਿਹੜੀਆਂ ਨੇ, ਸ਼ਹੀਦਾਂ ਵਾਲੀ, ਮਾਈ ਭਾਗੋ ਜੀ ਵਾਲੀ ਅਤੇ ਕਲਚਰ ਵਾਲੀ, ਸਾਰੀਆਂ 3 ਨੇ ਪੰਜਾਬ ਦੇ ਵਿੱਚ 26 ਜਨਵਰੀ ਨੂੰ ਕੱਢੀਆਂ ਜਾਣਗੀਆਂ। ਔਰ ਕੋਸ਼ ਉੱਥੇ ਤਾਂ ਅਸੀਂ 3 ਹੀ ਭੇਜਣੀਆਂ ਸੀ, ਇੱਥੇ ਅਸੀਂ ਜਿੰਨੀਆਂ ਵੱਧ ਤੋਂ ਵੱਧ ਹੋ ਸਕੀਆਂ ਪਹਿਲਾਂ ਉਹ ਭੇਜਾਂਗੇ, ਜਿਹੜੀਆਂ 26 ਜਨਵਰੀ ਨੂੰ ਜਿਹੜੇ ਜ਼ਿਲ੍ਹੇ ਰਹਿ ਗਏ ਉਹ ਤੋਂ ਬਾਅਦ ਵੀ ਉਹਨਾਂ ਨੂੰ ਭੇਜਾਂਗੇ। ਆਮ ਆਦਮੀ ਪਾਰਟੀ ਪੰਜਾਬ ਨੇ ਗਣਤੰਤਰ ਦਿਵਸ ਪਰੇਡ ਲਈ ਪੰਜਾਬ ਦੀ ਝਾਕੀ ਨੂੰ ਰੱਦ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਝਾਕੀ ਪੰਜਾਬ ਦੇ ਸ਼ਹੀਦਾਂ ਦੇ ਜੀਵਨ ਅਤੇ ਇਤਿਹਾਸ ਨੂੰ ਦਰਸਾਉਂਦੀ ਹੈ, ਜਿਨ੍ਹਾਂ ਨੇ ਸਾਡੇ ਦੇਸ਼ ਅਤੇ ਸਾਡੀ ਆਜ਼ਾਦੀ ਲਈ ਆਪਣੀਆਂ ਜਾਨਾਂ ਭਰ ਦਿੱਤੀਆਂ। ਪਰ ਭਾਜਪਾ ਹਰ ਚੀਜ਼ ਦਾ ਭਗਵਾਂ ਕਰਨ ਅਤੇ ਰਾਜਨੀਤੀ ਕਰ ਰਹੀ ਹੈ ਅਤੇ ਹੁਣ ਉਹਨਾਂ ਨੇ ਸਾਡੀ ਝਾਕੀ ਨੂੰ ਰੱਦ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਪੰਜਾਬ ਨਾਲ ਮਤਰੇਈ ਮਾਂ ਵਾਲਾ ਵਤੀਰਾ ਕਰ ਰਹੀ ਹੈ। ਚੀਮਾ ਨੇ ਅੱਗੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਦੀ ਝਾਕੀ ਨੂੰ ਰੱਦ ਕਰਨ ਦਾ ਮਤਲਬ ਹੈ ਕਿ ਉਹ ਸਾਡੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦੀ ਕਦਰ ਨਹੀਂ ਕਰਦੇ। ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ, ਗਣਤੰਤਰ ਦਿਵਸ ਦੀ ਪਰੇਡ ਵਿੱਚੋਂ ਪੰਜਾਬ ਦੀ ਝਾਕੀ ਨੂੰ ਬਾਹਰ ਕੀਤੇ ਜਾਣ ਤੋਂ ਨਿਰਾਸ਼ ਹਾਂ। ਹਰਜੋਤ ਸਿੰਘ ਮੈਂਸ ਨੇ ਭਾਜਪਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ 121 ਆਜ਼ਾਦੀ ਘੁਲਾਟੀਆਂ ਵਿੱਚੋਂ 93 ਸਿੱਖ ਜਾਂ ਪੰਜਾਬੀ ਸਨ। ਇਸੇ ਤਰ੍ਹਾਂ ਉਮਰ ਕੈਦ ਦੀ ਸਜ਼ਾ ਸੁਣਾਏ ਗਏ 2646 ਆਜ਼ਾਦੀ ਘੁਲਾਟੀਆਂ ਵਿੱਚੋਂ 2147 ਪੰਜਾਬੀ ਸਨ। 26 ਜਨਵਰੀ ਗਣਤੰਤਰ ਦਿਵਸ ਪਰੇਡ ਤੋਂ ਲਗਾਤਾਰ ਦੂਜੇ ਸਾਲ ਪੰਜਾਬ ਨੂੰ ਫਿਰ ਤੋਂ ਬਾਹਰ ਰੱਖਿਆ ਗਿਆ। ਇਸੇ ਤਰ੍ਹਾਂ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਭਗਤ ਸਿੰਘ, ਲਾਲਾ ਲਾਜਪਤ ਰਾਏ, ਊਧਮ ਸਿੰਘ, ਸੁਖਦੇਵ ਨੂੰ ਨਜ਼ਰਅੰਦਾਜ਼ ਕਰਕੇ ਭਾਜਪਾ ਆਪਣੀ ਝਾਕੀ ਦਾ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ। ਪੰਜਾਬ ਦੇ ਇਤਿਹਾਸ ਅਤੇ ਸ਼ਹੀਦਾਂ ਅਤੇ ਔਰਤ ਦੇ ਸਸ਼ਕਤੀਕਰਨ ਨੂੰ ਦਰਸਾਉਂਦੀ ਪੰਜਾਬ ਦੀ ਝਾਕੀ ਨੂੰ ਕੇਂਦਰ ਸਰਕਾਰ ਨੇ ਮੁੜ ਰੱਦ ਕੀਤਾ, ਜੋ ਕਿ ਬਹੁਤ ਮੰਦਭਾਗਾ ਹੈ। ਇਸੇ ਤਰ੍ਹਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡੇ ਦੇਸ਼ ਦੇ ਨਿਰਮਾਣ ਅਤੇ ਵਿਕਾਸ ਵਿੱਚ ਪੰਜਾਬ ਦਾ ਯੋਗਦਾਨ ਬਹੁਤ ਵੱਡਾ ਅਤੇ ਮਿਸਾਲੀ ਹੈ, ਪਰ ਗਣਤੰਤਰ ਦਿਵਸ ਦੀ ਪਰੇਡ ਵਿੱਚੋਂ ਪੰਜਾਬ ਦੀ ਝਾਕੀ ਨੂੰ ਰੱਦ ਕਰਕੇ ਕੇਂਦਰ ਸਰਕਾਰ ਨੇ ਸਾਡੇ ਸੂਬੇ ਨਾਲ ਬੇਇਨਸਾਫੀ ਕੀਤੀ ਹੈ। ਜਿਸ ਢੰਗ ਨਾਲ ਭਾਰਤੀ ਜਨਤਾ ਪਾਰਟੀ ਦੇਸ਼ ਦੀ ਕੇਂਦਰ ਸਰਕਾਰ ਜਿਸ ਢੰਗ ਨਾਲ ਪੰਜਾਬ ਨੂੰ ਹਰ ਜਗ੍ਹਾ ਤੇ ਇਗਨੋਰ ਕਰਦੀ ਹੈ, ਸਾਡਾ ਤੇ ਅਜੇ ਇਤਿਹਾਸ ਸੀਗਾ ਕਿ 23 ਦੇ ਵਿੱਚ ਜਨਵਰੀ 'ਚ ਜਿਹੜੀਆਂ ਝਾਕੀਆਂ ਨਿਕਲੀਆਂ 26 ਜਨਵਰੀ ਵਾਲੇ ਪ੍ਰੋਗਰਾਮ 'ਚ, ਉਹ 'ਚ ਵੀ ਸਾਨੂੰ ਇਗਨੋਰ ਕੀਤਾ ਗਿਆ ਪੰਜਾਬ ਨੂੰ, ਤੇ ਹੁਣ ਜਿਹੜੀ ਆਉਣ ਵਾਲੀ ਅਗਲੇ ਸਾਲ ਵਾਲੀ 24 ਵਾਲੀ ਜਨਵਰੀ ਹੈ ਉਹਦੇ ਵਿੱਚ ਵੀ 26 ਜਨਵਰੀ ਦੇ ਪ੍ਰੋਗਰਾਮ ਵਿੱਚ ਪੰਜਾਬ ਦੀਆਂ ਝਾਕੀਆਂ ਨੂੰ ਜਿਹੜਾ ਕੱਢ ਦਿੱਤਾ ਗਿਆ। ਮੇਰਾ ਮੰਨਣਾ ਕਿ ਜਿਹੜੀ ਕੇਂਦਰ ਸਰਕਾਰ ਹੈ, BJP ਹੈ ਜਿਹੜੀ, ਇਹ ਸਾਡੇ ਨਾਲ ਪੰਜਾਬ ਨਾਲ ਇਸ ਕਰਕੇ ਦੋ ਕਾਰਨ ਹੈ ਜਿਹਨਾਂ ਕਰਕੇ ਸਾਡੇ ਨਾਲ ਉਹ ਔੜੀ ਅੱਖ ਕਰ ਰਹੀ ਹੈ। ਇੱਕ ਤਾਂ ਪੰਜਾਬ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਅਸਾਂ ਦਿੱਲੀ ਦੀ ਵੀ ਝਾਕੀ ਕੱਢਤੀ, ਜਿੱਥੇ ਉੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਔਰ ਦੂਜਾ ਮੈਂ ਸਮਝਦਾ ਕਿ ਜਿਹੜੇ ਅੱਜ ਤੋਂ 1.5-2 ਸਾਲ ਪਹਿਲਾਂ, 2-2.5 ਸਾਲ ਪਹਿਲਾਂ ਜਿਹੜਾ ਦਿੱਲੀ ਦੀਆਂ ਸੜਕਾਂ ਦੇ ਉੱਤੇ ਕਿਸਾਨ ਅੰਦੋਲਨ ਹੋਇਆ, ਜਿਹੜਾ ਕੋਈ 1.5 ਸਾਲ ਦੇ ਕਰੀਬ ਉੱਥੇ ਚੱਲਿਆ, ਉਹਦਾ ਪੰਜਾਬ ਦੇ ਕਿਸਾਨਾਂ ਨੇ ਉਹਦੀ ਅਗਵਾਈ ਕੀਤੀ ਔਰ ਕੇਂਦਰ ਸਰਕਾਰ ਨੂੰ, ਮੋਦੀ ਨੂੰ ਝੁਕਣਾ ਪਿਆ, ਜਿਹੜਾ ਉਹ ਪੰਜਾਬ ਨੂੰ ਮਤਲਬ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚਣਾ ਚਾਹੁੰਦੇ ਸੀ ਸਾਡੀਆਂ ਜ਼ਮੀਨਾਂ ਨੂੰ, ਉਹ ਸਾਡੇ ਕੋਲ ਬਾਰ ਬਾਰ ਬਾਲਾ ਲੈ ਰਹੇ। ਉਸ ਚੀਜ਼ ਦੀ ਜਿਹੜੀ ਖੁੰਦਕ ਹੈ ਉਹ BJP ਕੱਢ ਰਹੀ ਆ। ਬੜੇ ਹੀ ਦੁੱਖ ਤੇ ਭਰੇ ਮਨ ਨਾਲ ਕਹਿਣੇ ਪੈ ਰਿਹਾ ਕਿ ਇੱਕ ਵਾਰ ਫਿਰ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਉਸ ਸਾਨਾ ਮਤ ਦੇ ਇਤਿਹਾਸ ਦੇ ਵਿਰਸੇ ਦੀ
ਉਸ ਝਾਕੀ ਨੂੰ ਜਿਹੜੀ 26 ਜਨਵਰੀ 2024 ਨੂੰ ਦਿੱਲੀ ਦੀ ਪਰੇਡ ਦੇ ਅੰਦਰ ਸ਼ਾਮਲ ਕਰਨੀ ਸੀਗੀ ਉਹਨੂੰ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ। ਨਾ ਕੇਵਲ ਇਸ ਵਾਰ ਬਲਕਿ ਪਿਛਲੇ ਸਾਲ ਵੀ 26 ਜਨਵਰੀ ਨੂੰ ਪੰਜਾਬ ਦੀ ਝਾਕੀ ਨੂੰ ਪਰੇਡ ਦੇ ਵਿੱਚੋਂ ਸ਼ਾਮਲ ਨਾ ਕਰਕੇ ਪੰਜਾਬ ਨਾਲ ਇੱਕ ਵੱਡਾ ਵਿਤਕਰਾ ਕੀਤਾ ਗਿਆ ਸੀਗਾ। ਸੋ ਉਸੇ ਹੀ ਮਾਨਸਿਕਤਾ ਨੂੰ ਦੁਹਰਾਉਂਦੇ ਹੋਏ ਇਸ ਵਾਰ ਫਿਰ ਪੰਜਾਬ ਦੇ ਲੋਕਾਂ ਦੇ ਮੈਂ ਸਮਝਦਾ ਵੀ ਜ਼ਖਮਾਂ ਦੇ ਉੱਤੇ ਇੱਕ ਵਾਰੀ ਫਿਰ ਦੁਬਾਰਾ ਕੇਂਦਰ ਨੇ ਲੋੜ ਸਿਰਕਣ ਦਾ ਕੰਮ ਕੀਤਾ। ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ। ਸ਼ਹੀਦੀ ਆਜ਼ਮ ਭਗਤ ਸਿੰਘ ਤੋਂ ਲੈ ਕੇ ਲਾਲਾ ਲਾਜਪਤ ਰਾਏ, ਕਰਤਾਰ ਸਿੰਘ ਸਰਾਭਾ, ਸੁਖਦੇਵ ਔਰ ਸ਼ਹੀਦ ਊਧਮ ਸਿੰਘ ਅਤੇ ਅਨੇਕਾਂ ਹੀ ਹੋਰ ਕ੍ਰਾਂਤੀਕਾਰੀ ਲੋਕਾਂ ਨੇ ਇਸ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਆਪਣੀ ਜ਼ਿੰਦਗੀ ਦਾ ਪਲ ਪਲ ਲਾਇਆ, ਫਾਂਸੀਆਂ ਦੇ ਰੱਸੇ ਚੁੰਮੇ, ਕਾਲੇ ਪਾਣੀ ਦੀਆਂ ਅਕੈਦ ਸੀਏ ਚੱਲਦੇ ਹੋਏ ਸਜ਼ਾਵਾਂ ਕੱਟੀਆਂ, ਜਿਹਦੇ ਬਲਬੂਤੇ 15 ਅਗਸਤ 1947 ਨੂੰ ਸਾਡਾ ਇਹ ਮਹਾਨ ਭਾਰਤ ਆਜ਼ਾਦ ਹੁੰਦਾ। ਪਰ ਅਫਸੋਸ ਇਸ ਗੱਲ ਦਾ ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਨਾਲ ਮਤਰੇਈ ਮਾਮਲਾ ਸ਼ੁਰੂ ਕਰ ਰਹੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜਿੱਥੇ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ, ਉੱਥੇ ਹੀ ਅੱਜ ਸ਼ਹੀਦੀ ਜੋੜ ਮੇਲ ਦੇ ਦੂਸਰੇ ਦਿਨ ਵੱਡੀ ਗਿਣਤੀ ਵਿੱਚ ਸੰਗਤ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿੱਚ ਮੱਥਾ ਟੇਕਣ ਪਹੁੰਚੀ। ਇਸ ਮੌਕੇ ਪ੍ਰਸ਼ਾਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੀ ਆਮਦ ਨੂੰ ਵੇਖਦਿਆਂ ਪੁਖਤਾ ਪ੍ਰਬੰਧ ਕੀਤੇ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਤਨੀ ਸਮੇਤ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਹਨੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਸਮੇਤ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਹਨੇ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੀ ਕਥਾ ਸਰਵਣ ਕੀਤੀ ਅਤੇ ਅਰਦਾਸ ਵਿੱਚ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਤਾਂ ਸ਼ਹੀਦਾਂ ਦੇ ਪੈਰਾਂ ਦੀ ਧੂੜ ਦਾ ਇੱਕ ਕਿਣਕਾ ਵੀ ਨਹੀਂ ਹਾਂ। ਉਹਨਾਂ ਕਿਹਾ ਕਿ ਲੋਕਾਂ ਦੀ ਸੇਵਾ ਕਰਨ ਦਾ ਜੋ ਮੌਕਾ ਮਿਲਿਆ, ਜੇਕਰ ਇਸ ਨੂੰ ਨਿਭਾ ਸਕੀਏ ਤਾਂ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ 3 ਦਿਨ ਸ਼ਹੀਦੀ ਸਭਾ ਦੌਰਾਨ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਇਸ ਧਰਤੀ ਨੂੰ ਸਜਦਾ ਕਰਨ ਆਉਂਦੇ ਨੇ ਅਤੇ ਇਤਿਹਾਸ ਵਿੱਚ ਇਹ ਬਹੁਤ ਵੱਡੀ ਕੁਰਬਾਨੀ ਹੈ। ਪੰਜਾਬ 'ਚੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਹੈ ਕਿ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਬਾਰੇ ਇੱਕ ਅਧਿਆਇ ਦੇਸ਼ ਭਰ ਦੇ ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਸ਼ਾਮਲ ਕੀਤਾ ਜਾਵੇ। ਸਾਹਨੀ ਨੇ ਕਿਹਾ ਕਿ ਵਰਤਮਾਨ ਸਮੇਂ NCERT ਦੀ ਕਿਸੇ ਵੀ ਪਾਠ ਪੁਸਤਕ ਵਿੱਚ ਅਜਿਹਾ ਕੋਈ ਚੈਪਟਰ ਨਹੀਂ ਹੈ। ਸਾਹਨੀ ਨੇ ਪ੍ਰਧਾਨ ਮੰਤਰੀ ਤੋਂ ਵੀ ਮੰਗ ਕੀਤੀ ਕਿ ਸਾਹਿਬਜ਼ਾਦਿਆਂ ਨੂੰ ਢੁੱਕਵੀਂ ਸ਼ਰਧਾਂਜਲੀ ਵਜੋਂ ਗਣਤੰਤਰ ਦਿਵਸ ਦੇ ਮੌਕੇ ਬਹਾਦਰ ਬੱਚਿਆਂ ਅਤੇ ਨੌਜਵਾਨਾਂ ਲਈ ਕੌਮੀ ਸਾਹਿਬਜ਼ਾਦਾ ਰਾਸ਼ਟਰੀ ਪੁਰਸਕਾਰ ਸ਼ੁਰੂ ਕੀਤੇ ਜਾਣ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼੍ਰੀ ਸਾਹਨੀ ਨੇ ਗੁਰਦੁਆਰਾ ਰਿਕਾਬਗੰਜ ਸਾਹਿਬ ਵਿਖੇ ਸਿੱਖ ਗੁਰੂਆਂ ਦੇ ਇਤਿਹਾਸ, ਬਹਾਦਰੀ ਅਤੇ ਬਲੀਦਾਨ ਬਾਰੇ ਗੁਰੂ ਤੇਗ ਬਹਾਦਰ ਹੋਲੋਗ੍ਰਾਫਿਕ ਮਲਟੀਮੀਡੀਆ ਸ਼ੋਅ ਦੀ ਸਥਾਪਨਾ ਕੀਤੀ ਹੈ, ਜਿਸ ਵਿੱਚ ਦਰਸ਼ਕਾਂ ਲਈ ਰੋਜ਼ਾਨਾ ਸ਼ੋਅ ਕਰਵਾਏ ਜਾਂਦੇ ਨੇ। ਕਾਂਗਰਸ 14 ਜਨਵਰੀ ਤੋਂ 20 ਮਾਰਚ ਤੱਕ ਭਾਰਤ ਨਿਆਂ ਯਾਤਰਾ ਦਾ ਆਯੋਜਨ ਕਰੇਗੀ। ਇਹ ਯਾਤਰਾ ਮਣੀਪੁਰ ਤੋਂ ਸ਼ੁਰੂ ਹੋ ਕੇ ਮੁੰਬਈ ਜਾਵੇਗੀ ਅਤੇ ਇਸ ਦੌਰਾਨ 14 ਸੂਬਿਆਂ ਅਤੇ 85 ਜ਼ਿਲ੍ਹਿਆਂ ਵਿੱਚ 6,000 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ ਜਾਵੇਗੀ। ਕਾਂਗਰਸ ਦੇ ਜਨਰਲ ਸਕੱਤਰ KC ਵੇਣੁਗੋਪਾਲ ਨੇ ਦਿੱਲੀ ਵਿੱਚ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਪਾਰਟੀ ਆਗੂ ਰਾਹੁਲ ਗਾਂਧੀ ਨੂੰ ਪੂਰਬ ਤੋਂ ਪੱਛਮ ਦੀ ਯਾਤਰਾ ਕਰਨੀ ਚਾਹੀਦੀ ਹੈ। ਆਲ ਇੰਡੀਆ ਕਾਂਗਰਸ ਕਮੇਟੀ ਨੇ 14 ਜਨਵਰੀ ਤੋਂ 20 ਮਾਰਚ ਤੱਕ ਮਣੀਪੁਰ ਤੋਂ ਮੁੰਬਈ ਤੱਕ ਭਾਰਤ ਨਿਆਂ ਯਾਤਰਾ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ। ਵੇਣੁਗੋਪਾਲ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 4,500 ਕਿਲੋਮੀਟਰ ਦੀ ਭਾਰਤ ਜੋੜੋ ਯਾਤਰਾ ਕੀਤੀ ਸੀ। ਭਾਰਤੀ ਰਾਜਨੀਤੀ ਦੇ ਇਤਿਹਾਸ ਵਿੱਚ ਇੱਕ ਇਤਿਹਾਸਕ ਯਾਤਰਾ ਸੀ। ਉਹ ਇਸ ਯਾਤਰਾ ਦੀ ਸ਼ੁਰੂਆਤ ਭਾਰਤ ਜੋੜੋ ਯਾਤਰਾ ਦੇ ਆਪਣੇ ਅਨੁਭਵ ਨਾਲ ਕਰਨਗੇ। ਉਹਨਾਂ ਕਿਹਾ ਕਿ ਇਸ ਯਾਤਰਾ ਵਿੱਚ ਔਰਤਾਂ, ਨੌਜਵਾਨਾਂ ਅਤੇ ਦੇਸ਼ ਦੇ ਵਾਂਝੇ ਤਬਕਿਆਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾਵੇਗੀ।
ਫਗਵਾੜਾ ਦੇ ਪਿੰਡ ਲਖਪੁਰ ਵਿੱਚ ਇੱਕ ਪਰਿਵਰਤਨਕਾਰੀ ਪਲ ਸਾਹਮਣੇ ਆਇਆ ਜਦੋਂ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਵਿਸਤ੍ਰਿਤ ਵਿਕਾਸ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਣ ਦਾ ਸੰਦੇਸ਼ ਦਿੰਦੇ ਹੋਏ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਾਈਵ ਸ਼ਮੂਲੀਅਤ ਵੇਖੀ ਗਈ, ਜਿਨ੍ਹਾਂ ਨੇ ਪ੍ਰਗਤੀ ਅਤੇ ਸਮਾਵੇਸ਼ ਨੂੰ ਵਧਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਉੱਤੇ ਜ਼ੋਰ ਦਿੰਦਿਆਂ ਦੇਸ਼ ਭਰ ਵਿੱਚ ਲਾਭਾਰਥੀਆਂ ਨਾਲ ਗੱਲਬਾਤ ਕੀਤੀ ਹੈ। ਇਸ ਮੌਕੇ ਸਿਹਤ ਵਿਭਾਗ ਨੇ ਖਾਸ ਤੌਰ ਉੱਤੇ ਜਾਣਕਾਰੀ ਭਰਪੂਰ ਸਟਾਲਾਂ ਜ਼ਰੀਏ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਅਤੇ ਚੱਲ ਰਹੇ ਸਿਹਤ ਪ੍ਰੋਗਰਾਮਾਂ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਇਲਾਵਾ ਇੱਕ ਪ੍ਰਭਾਵਸ਼ਾਲੀ ਡਰੋਨ ਪ੍ਰਦਰਸ਼ਨ ਨੇ ਨੈਨੋ ਯੂਰੀਆ ਦੀ ਕ੍ਰਾਂਤੀਕਾਰੀ ਸਮਰੱਥਾ ਨੂੰ ਪ੍ਰਦਰਸ਼ਿਤ ਕੀਤਾ, ਜੋ ਕਿ ਅਤਿਆਧੁਨਿਕ ਖੇਤੀ ਸਮਾਧਾਨਾਂ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਅਤੇ ਖੇਡ ਮਾਮਲਿਆਂ ਦੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ। ਅਨੁਰਾਗ ਠਾਕੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗਜੇਂਦਰ ਸ਼ੇਖਾਵਤ ਦਾ ਹਿਮਾਚਲ ਪ੍ਰਦੇਸ਼ ਦੇ 14 ਲਘੂ ਸਿੰਚਾਈ ਪ੍ਰੋਜੈਕਟਾਂ ਅਤੇ ਨੈਸ਼ਨਲ ਹਾਈਡਰੋਲੋਜੀ ਪ੍ਰੋਜੈਕਟ ਲਈ ਕ੍ਰਮਵਾਰ ਤਕਰੀਬਨ 142 ਕਰੋੜ ਰੁਪਏ ਅਤੇ ਤਕਰੀਬਨ 222 ਕਰੋੜ ਰੁਪਏ ਦੀ ਮਨਜ਼ੂਰੀ ਦੇਣ ਲਈ ਉਹਨਾਂ ਦਾ ਧੰਨਵਾਦ ਕੀਤਾ। ਇਹਨਾਂ ਪ੍ਰੋਜੈਕਟਾਂ ਨੂੰ ਹਿਮਾਚਲ ਪ੍ਰਦੇਸ਼ ਦੇ ਲਈ ਅਹਿਮ ਦੱਸਦੇ ਹੋਏ ਅਨੁਰਾਗ ਸਿੰਘ ਠਾਕੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਪ੍ਰਗਟ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਬੀਤੇ ਦਿਨੀ ਭਾਰਤ ਮੰਡਪਮ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿੱਚ ਵੀਰ ਬਲ ਦਿਵਸ ਵਜੋਂ ਮਨਾਇਆ ਗਿਆ। ਇਸ ਦੌਰਾਨ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਜਿੱਥੇ ਬਹਾਦਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਉੱਥੇ ਹੀ ਸਿੱਖ ਇਤਿਹਾਸ ਨਾਲ ਜੁੜੀਆਂ ਕਈ ਗਤੀਵਿਧੀਆਂ ਵੀ ਪੇਸ਼ ਕੀਤੀਆਂ ਗਈਆਂ। ਸਮਾਗਮ ਦੌਰਾਨ ਪੰਜਾਬ ਦੇ ਬੱਚਿਆਂ ਵੱਲੋਂ ਖੇਡਿਆ ਗਿਆ ਗੱਤਕਾ ਵਿਸ਼ੇਸ਼ ਤੌਰ 'ਤੇ ਖਿੱਚ ਦਾ ਕੇਂਦਰ ਰਿਹਾ। ਸਮਾਗਮ ਵਿੱਚ ਖੇਡੇ ਗਏ ਗੱਤਕੇ ਦੇ ਜਥੇ ਦੀ ਅਗਵਾਈ ਗੁਰਦਾਸਪੁਰ ਦੇ ਸਰਦਾਰ ਦਮਨਜੀਤ ਸਿੰਘ ਵੱਲੋਂ ਕੀਤੀ ਗਈ ਸੀ। ਗੱਤਕੇ ਦੀ ਸ਼ਾਨਦਾਰ ਪੇਸ਼ਕਾਰੀ ਦੇਣ ਤੋਂ ਬਾਅਦ ਗੱਤਕਾ ਟੀਮ ਨੇ ਰਾਸ਼ਟਰਪਤੀ ਭਵਨ ਅਤੇ ਪ੍ਰਧਾਨ ਮੰਤਰੀ ਮਿਊਜ਼ੀਅਮ ਦਾ ਦੌਰਾ ਕੀਤਾ। ਚੜ੍ਹਦੀ ਕਲਾ ਟਾਈਮ ਟੀਵੀ ਦੇ ਦਫ਼ਤਰ ਵਿਖੇ ਪ੍ਰੋਫੈਸਰ ਗੁਰਨਦਰ ਸਿੰਘ ਦੀ ਪੁਸਤਕ ਗੁਰੂ ਨਾਨਕ ਰਾਗ ਕੀਰਤਨ ਸ਼ੈਲੀ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਦਮ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ ਵੱਲੋਂ ਅਹਿਮ ਪਤਵੰਤਿਆਂ ਦੀ ਮੌਜੂਦਗੀ ਵਿੱਚ ਰਿਲੀਜ਼ ਕੀਤੀ ਗਈ। ਪੇਸ਼ ਇਸ ਬਾਬਤ ਸਾਡੀ ਇੱਕ ਰਿਪੋਰਟ। ਪ੍ਰੋਫੈਸਰ ਗੁਰਨਦਰ ਸਿੰਘ ਦੀ ਪੁਸਤਕ ਗੁਰੂ ਨਾਨਕ ਰਾਗ ਕੀਰਤਨ ਸ਼ੈਲੀ ਅਦਾਰਾ ਚੜ੍ਹਦੀ ਕਲਾ ਵਿਖੇ ਰਿਲੀਜ਼ ਕੀਤੀ ਗਈ। ਕਿਤਾਬ ਨੂੰ ਰਿਲੀਜ਼ ਕਰਨ ਦੀ ਰਸਮ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਦਮ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ, ਸਰਦਾਰਨੀ ਜਸਵਿੰਦਰ ਕੌਰ ਦਰਦੀ, ਚੜ੍ਹਦੀ ਕਲਾ ਟਾਈਮ ਟੀਵੀ ਦੇ CEO ਡਾਕਟਰ ਇੰਦਰਪ੍ਰੀਤ ਕੌਰ ਦਰਦੀ, ਗੁਰਨਦਰ ਸਿੰਘ ਦੇ ਪਿਤਾ ਡਾਕਟਰ ਜਬਰਜੰਗ ਸਿੰਘ ਨੇ ਅਦਾ ਕੀਤੀ। ਇਸ ਮੌਕੇ ਤੇ ਜਗਜੀਤ ਸਿੰਘ ਦਰਦੀ ਨੇ ਆਏ ਮਹਿਮਾਨਾਂ ਦਾ ਸਵਾਗਤ ਵੀ ਕੀਤਾ। ਸਰਦਾਰ ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਪ੍ਰੋਫੈਸਰ ਗੁਰਨਦਰ ਸਿੰਘ ਦਾ ਸਮੁੱਚਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਹੈ ਅਤੇ ਪਰਿਵਾਰ ਤੋਂ ਹੀ ਇਸ ਨੌਜਵਾਨ ਨੂੰ ਗੁੜਤੀ ਮਿਲੀ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਪੁਸਤਕ ਦੇ ਲੇਖਕ ਡਾਕਟਰ ਗੁਰਨਦਰ ਸਿੰਘ ਨੇ ਕਿਤਾਬ ਰਿਲੀਜ਼ ਕਰਨ ਲਈ ਸਮੂਹ ਚੜ੍ਹਦੀ ਕਲਾ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਆਪਣੀ ਪੁਸਤਕ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਸ ਪੁਸਤਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਾਗਮਈ ਸ਼ਬਦਾਂ ਨੂੰ ਪੁਰਾਤਨ ਕੀਰਤਨ ਸ਼ੈਲੀ ਦੇ ਰੂਪ ਵਿੱਚ ਸੁਰਲਿਪੀਬੱਧ ਕਰਨ ਦਾ ਯਤਨ ਕੀਤਾ ਗਿਆ। ਡਾਕਟਰ ਸਾਹਿਬ ਨੇ ਕਿਹਾ ਕਿ ਇਸ ਪੁਸਤਕ ਵਿੱਚ ਲੇਖਕ ਗੁਰਨਦਰ ਸਿੰਘ ਤੋਂ ਇਲਾਵਾ ਉਹਨਾਂ ਦੇ ਪਿਤਾ ਡਾਕਟਰ ਜਬਰਜੰਗ ਸਿੰਘ, ਦਾਦਾ ਰਾਗੀ ਪ੍ਰੋਫੈਸਰ ਚਤਰ ਸਿੰਘ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਪਦਮ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ, ਅਮਰਜੀਤ ਸਿੰਘ ਕਾਲੇਕਾ, ਡਾਕਟਰ ਗੁਰਨਾਮ ਸਿੰਘ, ਡਾਕਟਰ ਅਲੰਕਾਰ ਸਿੰਘ, ਡਾਕਟਰ ਜਗੀਰ ਸਿੰਘ, ਪ੍ਰਿੰਸੀਪਲ ਡਾਕਟਰ ਅਮਨਜੀਤ ਕੌਰ ਨੇ ਵੀ ਆਪਣਾ ਯੋਗਦਾਨ ਪਾਇਆ। ਅੱਜ ਪ੍ਰੋਫੈਸਰ ਗੁਰਨਦਰ ਸਿੰਘ ਜੀ ਦੀ ਨਵੀਂ ਪੁਸਤਕ ਗੁਰੂ ਨਾਨਕ ਰਾਗ ਕੀਰਤਨ ਸ਼ੈਲੀ ਰਿਲੀਜ਼ ਕਰਕੇ ਅੰਤਾਂ ਦੀ ਪ੍ਰਸੰਨਤਾ ਹੋ ਰਹੀ ਹੈ ਕਿ ਇਸ ਨੌਜਵਾਨ ਹੋਣਹਾਰ ਪ੍ਰੋਫੈਸਰ ਗੁਰਨਦਰ ਸਿੰਘ ਨੇ ਜੋ ਕੀਰਤਨ ਦੀ ਵੱਡੀ ਵਡਿਆਈ ਨੂੰ, ਕੀਰਤਨ ਦੀ ਮਹਾਨਤਾ ਨੂੰ ਦਰਸਾਉਣ ਵਾਲੀ ਔਰ ਗੁਰੂ ਨਾਨਕ ਸਾਹਿਬ ਵੱਲੋਂ ਜੋ ਕੀਰਤਨ ਦੀ ਸ਼ੈਲੀ ਭਾਈ ਮਰਦਾਨਾ ਜੀ ਨੂੰ ਸਮਝਾਈ ਗਈ ਔਰ ਭਾਈ ਮਰਦਾਨਾ ਜੀ ਨੇ ਸ਼ਬਦ ਅਤੇ ਸੰਗੀਤ ਦਾ ਸੁਮੇਲ ਕਰਕੇ ਜੋ ਬਾਣੀ ਉਚਾਰਨ ਹੋਈ, ਅੱਜ ਸਾਰਾ ਸੰਸਾਰ ਰਾਗਾਂ ਵਿੱਚ ਗਾਈ ਹੋਈ ਉਸ ਬਾਣੀ ਨੂੰ ਸੁਣ ਕੇ ਆਨੰਦਿਤ ਹੋ ਰਿਹਾ ਹੈ।
ਅਤੇ ਰੋਗ ਰਹਿਤ ਹੋ ਕੇ ਆਪਣਾ ਜੀਵਨ ਸਫਲ ਕਰ ਰਿਹਾ ਹੈ। ਇਹ ਬਹੁਤ ਵੱਡੀ ਗੱਲ ਹੈ ਕਿ ਪ੍ਰੋਫੈਸਰ ਗੁਰਨਦਰ ਸਿੰਘ ਨੇ ਆਪਣੇ ਪਿਤਾ ਪ੍ਰੋਫੈਸਰ ਜਬਰ ਜੰਗ ਸਿੰਘ ਜੀ ਅਤੇ ਆਪਣੇ ਬਜ਼ੁਰਗਾਂ ਦੀਆਂ ਪਾਈਆਂ ਹੋਈਆਂ ਸ਼ਾਨਦਾਰ ਰਵਾਇਤਾਂ ਨੂੰ ਦੁਬਾਰਾ ਉਹਨਾਂ ਰਸਤਿਆਂ ਉੱਤੇ ਚੱਲ ਕੇ ਉਜਾਗਰ ਕਰਕੇ ਦਿਖਾਇਆ ਹੈ। ਇਹਨਾਂ ਦੇ ਵੱਡੇ ਵਡੇਰੇ ਜਥੇਦਾਰ ਗੜਗੱਜ ਸਿੰਘ ਜੀ, ਬਾਬਾ ਅਨੰਦ ਸਿੰਘ ਜੀ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕਾਫਲੇ ਵਿੱਚ ਨਾਲ ਜਾਂਦੇ ਅਤੇ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੇ ਜਰਨੈਲ ਉਹਨਾਂ ਦੇ ਮੁਖਾਰਬਿੰਦ ਤੋਂ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਨਿਹਾਲ ਹੁੰਦੇ ਸਨ। ਚੜ੍ਹਦੀ ਕਲਾ ਟਾਈਮ ਟੀ ਵੀ ਉੱਤੇ ਅਸੀਂ ਜਦੋਂ ਸਵੇਰੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਕੀਰਤਨ ਸੰਗਤਾਂ ਨੂੰ ਸਰਵਣ ਕਰਾਉਂਦੇ ਹਾਂ ਤਾਂ ਸਾਨੂੰ ਅੱਜ ਅਹਿਸਾਸ ਹੋ ਗਿਆ ਹੈ ਸਾਰੇ ਸੰਸਾਰ ਦੇ ਲੋਕਾਂ ਨੂੰ ਕੀਰਤਨ ਦੀ ਭੁੱਖ ਹੈ ਅਤੇ ਪੁਰਾਤਨ ਜੋ ਸ਼ੈਲੀ ਹੈ ਗੁਰੂ ਨਾਨਕ ਪਾਤਸ਼ਾਹ ਵੱਲੋਂ ਸਾਨੂੰ ਵਿਰਸੇ ਵਿੱਚ ਦਿੱਤੀ ਹੋਈ ਉਸ ਸ਼ੈਲੀ ਨੂੰ ਦੁਬਾਰਾ ਉਜਾਗਰ ਕਰਨਾ, ਸੁਰਜੀਤ ਕਰਨਾ, ਉਸ ਸ਼ੈਲੀ ਅਨੁਸਾਰ ਕੀਰਤਨ ਕਰਨਾ ਇਹ ਸਮੇਂ ਦੀ ਲੋੜ ਸੀ ਜਿਸ ਨੂੰ ਪੂਰਾ ਕਰਨ ਲਈ ਪ੍ਰੋਫੈਸਰ ਗੁਰਨਾਥ ਸਿੰਘ ਨੇ ਯਤਨ ਕੀਤਾ ਹੈ। ਗੁਰਬਾਣੀ ਕੀਰਤਨ ਨੂੰ ਪਿਆਰ ਕਰਨ ਵਾਲੇ ਸਾਰੇ ਗੁਰਬਾਣੀ ਦੇ ਪ੍ਰੇਮੀਆਂ ਨੂੰ ਮੈਂ ਕਹਾਂਗਾ ਕਿ ਇਹ ਪੁਸਤਕ ਜ਼ਰੂਰ ਪੜ੍ਹੋ ਜਿਸ ਨਾਲ ਤੁਹਾਨੂੰ ਹੋਰ ਜ਼ਿਆਦਾ ਕੀਰਤਨ ਦਾ ਰਸ ਆਇਆ ਕਰੇਗਾ ਅਤੇ ਹੋਰ ਜ਼ਿਆਦਾ ਆਨੰਦ ਮਾਣ ਕੇ ਤੁਸੀਂ ਜੀਵਨ ਸਫਲ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਗੀਤ ਸਰਹਿੰਦ ਦੀ ਤਵਾਰੀਖ ਦੇ ਲੇਖਕ ਅਤੇ ਗਾਇਕ ਪ੍ਰੋਫੈਸਰ ਡਾਕਟਰ ਅਜੇਪਾਲ ਸਿੰਘ ਅਜੀਜ ਅਤੇ ਉਹਨਾਂ ਦੀ ਧਰਮ ਪਤਨੀ ਸਰਦਾਰਨੀ ਗਗਨਜੋਤ ਕੌਰ ਚੜ੍ਹਦੀ ਕਲਾ ਟਾਈਮ ਟੀਵੀ ਦੇ ਦਫ਼ਤਰ ਵਿੱਚ ਪਹੁੰਚੇ। ਇਸ ਮੌਕੇ ਸਰਦਾਰ ਜਗਜੀਤ ਸਿੰਘ ਦਰਦੀ ਵੱਲੋਂ ਦੇ ਲਿਖੇ ਅਤੇ ਗਾਏ ਗੀਤ ਸਰਹਿੰਦ ਦੀ ਤਵਾਰੀਖ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਵੱਲੋਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਅਸਿਸਟੈਂਟ ਪ੍ਰੋਫੈਸਰ ਡਾਕਟਰ ਅਜੇਪਾਲ ਸਿੰਘ ਅਜੀਜ਼ ਨੂੰ ਉਹਨਾਂ ਦੇ ਧਾਰਮਿਕ ਉਪਰਾਲਿਆਂ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਅਜਿਹੇ ਨੌਜਵਾਨ ਅਜੋਕੀ ਪੀੜ੍ਹੀ ਲਈ ਚਾਨਣ ਮੁਨਾਰਾ ਨੇ ਜਿਨ੍ਹਾਂ ਤੋਂ ਸੇਧ ਲੈ ਕੇ ਆਪਣਾ ਜੀਵਨ ਸਫਲਾ ਕੀਤਾ ਜਾ ਸਕਦਾ ਹੈ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾਕਟਰ ਬੇਜਾ ਸਤਵੀਰ ਸਿੰਘ ਸਾਬਕਾ ਆਈਏਐਸ ਵੱਲੋਂ ਮਾਣਯੋਗ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਸਮੂਹ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਵਿੱਚ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਪਾਵਨ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਯਾਦਗਾਰੀ ਰੂਪ ਵਿੱਚ ਵੱਡੇ ਪੱਧਰ 'ਤੇ ਮਨਾਏ ਗਏ ਜਿਨ੍ਹਾਂ ਵਿੱਚ ਸਦਭਾਵਨਾ ਰੈਲੀ, ਕੀਰਤਨ ਦਰਬਾਰ, ਮੈਰਾਥਨ ਦੌੜ, ਖੂਨਦਾਨ ਕੈਂਪ, ਭਾਸ਼ਣ ਅਤੇ ਲੇਖ ਲਿਖਣ ਮੁਕਾਬਲੇ ਤੋਂ ਇਲਾਵਾ ਸਰਬ ਧਰਮ ਸੰਮੇਲਨ ਦਾ ਸਫਲ ਆਯੋਜਨ ਕੀਤਾ ਗਿਆ। ਇਸ ਮੌਕੇ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਗਰੀਸ਼ ਮਹਾਜਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਵੀ ਸ਼ਮੂਲੀਅਤ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਖਚਾ ਖਚ ਭਰੇ ਹਾਲ ਵਿੱਚ ਸੈਂਕੜੇ ਹਾਜ਼ਰੀ ਨੂੰ ਸੰਬੋਧਨ ਕਰਦਿਆਂ ਡਾਕਟਰ ਬਿਜਸਤਵੀਰ ਸਿੰਘ ਨੇ ਕਿਹਾ ਕਿ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਇਸ ਦੇਸ਼ ਦੇ ਇਤਿਹਾਸ ਵਿੱਚ ਵਿਲੱਖਣ ਅਤੇ ਬੇਮਿਸਾਲ ਹੈ। ਉਹਨਾਂ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਸਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਲ ਦਿਵਸ ਵਜੋਂ ਮਨਾਉਣ ਨਾਲ ਇਹਨਾਂ ਇਤਿਹਾਸਿਕ ਪਲਾਂ ਦੀ ਗੂੰਜ ਦੇਸ਼ ਵਿੱਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿੱਚ ਸੁਣਨ ਨੂੰ ਮਿਲੀ ਹੈ। ਅੰਤ ਵਿੱਚ ਸਰਦਾਰ ਠਾਨ ਸਿੰਘ ਮੋਗੇਈ ਸੁਪਰਡੈਂਟ ਨੇ ਮਹਾਰਾਸ਼ਟਰ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਮੰਤਰੀ ਸਾਹਿਬਾਨ, ਵਿਧਾਇਕ, ਸੰਸਦ ਮੈਂਬਰ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। ਹੱਡਾਂ ਨੂੰ ਠਾਰ ਦੇਣ ਵਾਲੀ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਵਿੱਚ ਬੀਤੀ ਰਾਤ 12 ਵਜੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂੰ ਦੁੱਗਲ ਅਤੇ SSP ਮਨਜੀਤ ਸਿੰਘ ਢੇਸੀ ਫਾਜ਼ਿਲਕਾ ਸੈਕਟਰ ਵਿੱਚ ਕੌਮਾਂਤਰੀ ਸਰਹੱਦ ਨਾਲ ਲੱਗਦੀਆਂ ਮੁਰਲੀਆਂ ਚੌਕੀਆਂ ਅਤੇ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਦੇ ਨਾਕਿਆਂ 'ਤੇ ਤੈਨਾਤ ਜਵਾਨਾਂ ਦਾ ਹੌਸਲਾ ਵਧਾਉਣ ਲਈ ਪਹੁੰਚੇ। ਇਸ ਮੌਕੇ ਉਹਨਾਂ ਦੇ ਨਾਲ BSF ਦੇ ਸੀਨੀਅਰ ਅਧਿਕਾਰੀ ਸ਼੍ਰੀ KN ਤ੍ਰਿਪਾਠੀ, DSP ਸੁਬੇਗ ਸਿੰਘ ਅਤੇ DSP ਅਤੁਲ ਸੋਨੀ ਵੀ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਡਾਕਟਰ ਸ਼ੇਨੂੰ ਦੁੱਗਲ ਨੇ ਨਾਕਿਆਂ ਉੱਤੇ ਤੈਨਾਤ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀ ਵਤਨ ਪ੍ਰਸਤੀ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਅਤੇ ਆਮ ਲੋਕਾਂ ਨੂੰ
ਆਪਣੇ ਜਵਾਨਾਂ ਉੱਤੇ ਮਾਣ ਹੈ। ਉਹਨੇ ਇਕੱਲੇ ਇਕੱਲੇ ਜਵਾਨ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਅਨੁਭਵ ਜਾਣੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਰੁੱਤ ਵਿੱਚ ਤਸਕਰੀ ਦੀਆਂ ਕੋਸ਼ਿਸ਼ਾਂ ਵੱਧ ਜਾਂਦੀਆਂ ਨੇ, ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੁਲਿਸ ਵਿਭਾਗ ਦੇ ਮਾਰਫਤ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ। ਸਾਡੀ ਕੋਆਰਡੀਨੇਸ਼ਨ ਹੁੰਦੀ ਹੈ ਹਮੇਸ਼ਾ, ਇਨਕੁਆਡ ਦੀ ਮੀਟਿੰਗਸ ਹੁੰਦੀ ਹੈ ਵਿਦ BSF ਐਂਡ ਪੁਲਿਸ ਪਰਸਨਲ, ਬਿਕੋਜ਼ ਫਾਜ਼ਿਲਕਾ ਇੱਕ ਬਾਰਡਰ ਡਿਸਟ੍ਰਿਕਟ ਹੈ ਅਤੇ ਇਸ ਕਰਕੇ ਸਾਡੇ ਆਪਸ 'ਚ ਰਾਬਤਾ ਹਮੇਸ਼ਾ ਹੁੰਦਾ। ਉਹੀ ਅਸੀਂ ਮੀਟਿੰਗਸ ਜਿਹੜੀਆਂ ਸਵੇਰੇ ਕਰਦੇ ਹਾਂ, ਜਿਹੜੀਆਂ ਅਸੀਂ ਇੰਸਟਰਕਸ਼ਨਸ ਦਿੰਦੇ ਹਾਂ ਉਹਨੂੰ ਚੈੱਕ ਕਰਨ ਲਈ, ਔਰ ਆਪਣੇ ਜਵਾਨ ਜਿਹੜੇ ਇਸ ਟਾਈਮ ਸਾਡੇ ਬਾਰਡਰ 'ਤੇ ਡਿਊਟੀ ਦੇ ਰਹੇ, ਇਸ ਟਾਈਮ ਅਸੀਂ ਉਹੀ ਸਾਰਾ ਦੇਖਣ ਲਈ ਆਏ ਸੀ, ਉਹਨਾਂ ਨੂੰ ਮਿਲਣ ਲਈ ਆਏ ਸੀ। ਤੁੰਦਾ ਸੀਜ਼ਨ ਹੈ ਜੀ, ਹਾਈ ਅਲਰਟ 'ਤੇ ਰਹਿ ਰਿਹਾ ਜੀ ਇਲਾਕਾ ਜੀ, ਕਿ ਕਿੰਨੇ ਕੁ ਨਾਕੇ ਜਿਹੜੇ ਇਸ ਇਲਾਕੇ ਦੇ ਅੰਦਰ ਲਗਾਏ ਨੇ ਸੀਲ ਕੀਤਾ ਗਿਆ ਜੀ? ਧੁੰਦ 'ਚ ਤਾਂ ਨੈਚੁਰਲੀ ਐਕਟੀਵਿਟੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਡਰੋਨ ਐਕਟੀਵਿਟੀਜ਼ ਵੀ ਦੂਸਰੇ ਪਾਸੋਂ ਕਾਫੀ ਹੁੰਦੀ ਹੈ, ਅਤੇ ਦੇ ਹੈਵ ਟੂ ਬੀ ਵੈਰੀ ਅਲਰਟ। ਅਤੇ ਜਿਸ ਤਰ੍ਹਾਂ ਰਸਤੇ 'ਚ ਅਸੀਂ ਦੇਖਦੇ ਆਏ ਕਿ ਨਾਕੇ, ਪੁਲਿਸ ਵਾਲਿਆਂ ਨੇ ਵੀ ਨਾਕੇ ਲਗਾਏ ਹੋਏ ਆ, BSF ਨੇ ਵੀ ਨਾਕੇ ਲਗਾਏ ਹੋਏ, ਡਿਟੇਲ ਸਾਰੀ ਦੱਸਣਗੇ ਕਿਹੜੇ ਕਿਹੜੇ ਨਾਕੇ ਆ, ਅਸੀਂ ਉਹੀ ਸਾਰਾ ਦੇਖਦੇ ਹੋਏ ਆਏ, ਸਾਰਿਆਂ ਨਾਲ ਗੱਲਬਾਤ ਕਰਦੇ ਹੋਏ ਜੀ। ਅੰਤਰਰਾਸ਼ਟਰੀ ਸੀਮਾਂਤ ਖੇਤਰ ਫਾਜ਼ਿਲਕਾ ਕੇ ਪਾਸ ਆਪਣੀ ਡਿਊਟੀਓ ਮੇਂ ਤੈਨਾਤ ਹੈ ਸਥਾਨੀਏ ਪ੍ਰਸ਼ਾਸਨ ਔਰ ਸਥਾਨੀਏ ਪੁਲਿਸ, ਇਨਕੇ ਸਾਥ ਮਿਲਕਰ ਹਮ ਰਾਸ਼ਟਰ ਵਿਰੋਧੀ ਤੱਤੋਂ ਕੇ ਖਿਲਾਫ ਆਪਣੀ ਕਾਰਵਾਈ ਜਾਰੀ ਰੱਖੇ ਹੈ। ਰਾਸ਼ਟਰ ਕੀ ਸੁਰੱਖਿਆ ਕੇ ਸਾਥ ਸਾਥ ਹੀ ਸਥਾਨੀ ਪ੍ਰਸ਼ਾਸਨ ਕੇ ਮਿਲਾਪ ਕੇ ਸਾਥ ਅਪਰਾਧੀਓ ਕੀ ਅਪਰਾਧੀ ਪ੍ਰਵਿਰਤੀ ਕੇ ਲੋਗੋ ਕੀ ਗਤੀਵਿਧੀਓ ਪਰ ਅੰਕੁਸ਼ ਲਗਾਨਾ ਹਮਾਰਾ ਉਦੇਸ਼ ਹੈ। ਸਥਾਨੀਏ ਜ਼ਿਲ੍ਹਾਧਿਕਾਰੀ, ਪੁਲਿਸ ਪ੍ਰਸ਼ਾਸਨ ਪ੍ਰਮੁੱਖ ਔਰ ਪੁਲਿਸ ਔਰ ਸਭੀ ਗਣਮਾਨੇ ਲੋਕ ਕੇ ਸਾਥ ਸਾਥ ਸਥਾਨੀ ਪ੍ਰਸ਼ਾਸਨ ਕਾ ਪੂਰਾ ਸਹਿਯੋਗ ਹਮੇ ਮਿਲਤਾ ਹੈ। ਚਾਹੇ ਮੌਸਮ ਕੈਸਾ ਵੀ ਹੋ, ਪਰਿਸਥਿਤੀਆਂ ਚਾਹੇ ਕਿਤਨੀ ਵੀ ਵਿਪਰੀਤ ਹੋ, ਹਮਾਰਾ ਆਪਸੀ ਮੇਲ ਭਾਵ, ਆਪਸੀ ਤਾਲਮੇਲ ਦੇਸ਼ ਕੀ ਸੁਰੱਖਿਆ ਔਰ ਸਥਾਨੀ ਕਾਨੂੰਨ ਵਿਵਸਥਾ ਕੇ ਬਣਾਏ ਰੱਖਣੇ ਮੇਂ ਹਮੇਸ਼ਾ ਆਲਾ ਦਰਜੇ ਕਾ ਮੇਨਟੇਨ ਕੀਆ ਜਾਤਾ ਹੈ। ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਡਰੋਨ ਦੀ ਮੂਵਮੈਂਟ ਹੁੰਦੀ ਆ ਔਰ ਡਰੱਗਸ ਦਾ ਜਿਹੜੀ ਹੈਗੀ ਆ ਟਰਾਂਸ ਬਾਰਡਰ ਜਿਹੜੀ ਹੈਗੀ ਆ, ਇਸ ਵੇਲੇ ਨੈਟਵਰਕ ਕਾਫੀ ਜ਼ਿਆਦਾ ਵਲਨੇਬਲ ਹੈਗਾ ਸਾਡੇ ਲਈ। ਸੋ ਇਹਦੇ ਸੰਬੰਧ ਵਿੱਚ ਰਾਤੀ ਅਸੀਂ ਅੱਜ ਡਿਊਟੀਜ਼ ਵਗੈਰਾ ਸਾਰੀ ਫੋਰਸ ਨੂੰ ਦੇਖਣ ਆਏ ਹਾਂ, ਚੈਕਿੰਗ ਕਰਨ ਆਏ ਹਾਂ। ਇੱਥੇ BOP ਹੈਗੀ, ਇੱਥੇ ਸਵਾਰਵਾੜਾ, ਤੋ ਇੱਥੇ ਅੱਜ ਅਸੀਂ ਇੱਥੋਂ ਲੰਘ ਰਹੇ ਹੈਗੇ ਹਾਂ। ਅੱਗੇ ਸਾਡੇ ਨਾਕੇ ਸਾਰੇ ਲੱਗੇ ਆ, ਬਾਰਡਰ ਪੈਟਰੋਲ ਸਾਡੇ ਵਹੀਕਲ ਹੈਗੇ ਆ, ਜੁਆਇੰਟ BSF ਦੇ ਨਾਲ ਪੈਟਰੋਲਿੰਗ ਔਰ ਸਰਚ ਓਪਰੇਸ਼ਨ ਲਗਾਤਾਰ ਚੱਲ ਰਹੇ ਆ, ਸਵੇਰੇ ਵੀ, ਦਿਨ ਦੇ ਟਾਈਮ ਵੀ ਔਰ ਰਾਤ ਨੂੰ ਵੀ। ਤਕਰੀਬਨ 150 ਬੰਦਾ ਸਾਡਾ ਪੁਲਿਸ ਦਾ ਇਸ ਵੇਲੇ ਰਾਤ ਨੂੰ ਔਰ ਦਿਨੇ ਵੱਖਰੇ ਵੱਖਰੀਆਂ ਡਿਊਟੀਜ਼ 'ਚ ਇਨਵੋਲਵ ਹੈਗਾ। ਮਾਨਸਾ ਦੇ ਪਿੰਡ ਮੂਸਾ ਵਿੱਚ ਰਹਿਣ ਵਾਲੇ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਕਿਸਾਨ 8 ਤੋਂ 10 ਲੱਖ ਰੁਪਏ ਤੱਕ ਦਾ ਕਰਜ਼ਦਾਰ ਸੀ। ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਕਰਜ਼ੇ ਦੇ ਕਰਕੇ ਜ਼ਮੀਨ ਗਿਰਵੀ ਰੱਖੀ ਹੋਈ ਸੀ ਅਤੇ ਉਸਨੇ ਕੁਝ ਮਹੀਨੇ ਤੋਂ ਪਹਿਲਾਂ ਕੰਮ ਚਲਾਉਣ ਲਈ ਬੈਂਕ ਤੋਂ ਕਰਜ਼ਾ ਲੈ ਕੇ ਟਰੈਕਟਰ ਲਿਆ ਸੀ, ਪਰ ਉਸਦਾ ਕੰਮ ਨਹੀਂ ਚੱਲਿਆ, ਜਿਸ ਕਾਰਨ ਗੁਰਪ੍ਰੀਤ ਸਿੰਘ ਅਕਸਰ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਕਾਰਨ ਗੁਰਪ੍ਰੀਤ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕੀਤੀ ਹੈ। ਗੁਰਪ੍ਰੀਤ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ, 7 ਸਾਲ ਦਾ ਪੁੱਤਰ ਅਤੇ ਬਜ਼ੁਰਗ ਪਿਤਾ ਨੂੰ ਛੱਡ ਗਏ। ਮ੍ਰਿਤਕ ਕਿਸਾਨ ਗੁਰਪ੍ਰੀਤ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ਉੱਤੇ ਥਾਣਾ ਸਦਰ ਦੀ ਪੁਲਿਸ ਨੇ ਧਾਰਾ 174 ਦੇ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਉੱਥੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੇ ਅਤੇ ਕਿਸਾਨ ਆਗੂਆਂ ਨੇ ਸਰਕਾਰ ਤੋਂ ਕਿਸਾਨ ਦਾ ਕਰਜ਼ਾ ਮਾਫ਼ ਕਰਨ ਦੇ ਨਾਲ ਨਾਲ ਉਸਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਜਿਹੜਾ ਸਾਡਾ ਕਿਸਾਨ ਗੁਰਪ੍ਰੀਤ ਸਿੰਘ ਹੈ, ਇਹਦੀ ਕਰੀਬ 28-30 ਸਾਲ ਉਮਰ ਹੈ, ਖੇਤੀ ਕਰਦਾ ਇਹਨੇ ਵਾਹਣ ਕੁਛ ਤਾਂ, ਥੋੜ੍ਹਾ ਜਿਹਾ ਤਾਂ ਆਪਦਾ ਵੀ ਹੈਗਾ ਇਹਨਾਂ ਕੋਲ 5-6 ਕਿਨਾਲਾ, ਕੁਛ ਵਾਹਣ ਠੇਕੇ 'ਤੇ ਲੈ ਕੇ ਖੇਤੀ ਕਰਦਾ। ਖੇਤੀ ਦੇ ਵਿੱਚ ਮੰਦਾ ਆਉਣ ਕਰਕੇ, ਖਰਚੇ ਵਾਧਾ ਆਉਣ ਕਰਕੇ, ਇਨਕਮ ਦੇ ਕੋਈ ਹੋਰ ਸਾਧਨ ਨਾ ਹੋਣ ਕਰਕੇ ਕਰਜ਼ਾ ਸਿਰ ਚੜ੍ਹਦਾ ਤੁਰਿਆ ਗਿਆ। ਇਹਨੇ ਟਰੈਕਟਰ ਪਿੱਛੇ ਜੇ ਲਿਆ ਸੀਗਾ ਵੀ ਕੋਈ ਮਾੜਾ ਮੋਟਾ ਕਿਰਾਏ ਭਾੜੇ ਦਾ ਕੰਮ ਚਲਾ ਲਿਆ ਕਰਾਂਗੇ, ਨਵਾਂ ਟਰੈਕਟਰ ਲਿਆ ਸੀ,
ਟਰੈਕਟਰ ਦਾ ਕਰਜ਼ਾ ਹੋ ਗਿਆ ਕੁਛ ਹੋਰ ਲਾ ਕੇ 8-10 ਦੇ ਕਰੀਬ 8-10 ਲੱਖ ਰੁਪਈਏ ਦੇ ਲਗਭਗ ਇਹਦੇ ਸਿਰ ਕਰਜ਼ਾ ਸੀ, ਜਿਹਨੂੰ ਕਰਜ਼ੇ ਨੂੰ ਲੈ ਕੇ ਇਹ ਪਰੇਸ਼ਾਨ ਬਹੁਤ ਰਹਿੰਦਾ ਸੀ। ਰਾਤ ਵੀ ਚੰਗਾ ਭਲਾ ਰੋਟੀ ਖਾ ਕੇ ਆਪਦੇ ਘਰ ਵਾਲੀ ਨਾਲ ਮਨਪ੍ਰੀਤ ਕੌਰ ਨਾਲ ਗੱਲਾਂ ਕਰਦਾ ਰਿਹਾ, ਕਹਿੰਦਾ ਵੀ ਜਿਹੜਾ ਇਹ ਕਰਜ਼ਾ ਹੈਗਾ ਇਹ ਆਪਾਂ ਤੋਂ ਕਿਸੇ ਤਰੀਕੇ ਨਾਲ ਲੈਣਾ ਨਹੀਂ, ਬਸ ਕਰਜ਼ੇ ਨੂੰ ਲੈ ਕੇ ਇਹ ਪਰੇਸ਼ਾਨ ਰਹਿੰਦਾ ਸੀ। ਪਰੇਸ਼ਾਨੀ ਦੇ ਵਿੱਚ ਅੱਜ ਇਹਨੇ ਕੋਈ ਨਾਮਲੂਮ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ, ਜਿੱਥੋਂ ਅਸੀਂ ਸਰਕਾਰਾਂ ਨੂੰ ਪਹਿਲਾਂ ਵੀ ਕਹਿੰਦੇ ਆਉਂਦੇ ਹਾਂ ਵੀ ਸਰਕਾਰਾਂ ਸਾਨੂੰ ਮਜਬੂਰ ਕਰਦੀਆਂ ਵੀ ਆਹ ਬੀ ਬੀਜੋ, ਐਂ ਕਰੋ, ਪਰਾਲੀ ਨੂੰ ਅੱਗ ਨਾ ਲਓ, ਫਲਾਣਾ ਨਾ ਕਰੋ, ਸਾਡੇ 'ਤੇ ਹਕੂਮਤ ਆਪਦੇ ਹੁਕਮ ਥੋਪ ਥੋਪ ਕੇ ਸਾਥੋਂ ਗਲਤ ਕੰਮ ਕਰਾਉਂਦੀਆਂ, ਜਿਹਦੇ ਕਾਰਨ ਸਾਡੇ ਸਿਰ ਕਰਜ਼ੇ ਦੀ ਬੋਝ ਦੀ ਪੰਡ ਵੱਧਦੀ ਤੁਰੀ ਜਾਂਦੀ ਹੈ ਅਤੇ ਸਾਡੇ ਕਿਸਾਨ ਧੜਾ ਧੜਕ ਖੁਦਕੁਸ਼ੀਆਂ ਕਰ ਰਹੇ ਹੈ, ਹੋਰ ਕੋਈ ਰਾਹ ਨਹੀਂ ਮਿਲਦਾ, ਕਰਜ਼ੇ ਤੋਂ ਸਾਡੀ ਮੁਕਤੀ ਨਹੀਂ ਹੋ ਰਹੀ, ਸਾਨੂੰ ਇਸ ਰਾਹ ਮਜਬੂਰੀ ਬਸ ਪੈਂਦੇ ਆ। ਜਿਹੜੇ ਕਿਸਾਨ ਵੈਸੇ ਤਾਂ ਅਸੀਂ ਕਹਿੰਦੇ ਹਾਂ ਵੀ ਲੜਾਂਗੇ, ਖੁਦਕੁਸ਼ੀਆਂ ਨਾ ਕਰੋ, ਪਰ ਕਈ ਕਮਜ਼ੋਰ ਦਿਲ ਹੁੰਦੇ ਆ, ਕਰਜ਼ੇ ਨੂੰ ਦੇਖ ਕੇ ਇਸ ਰਾਹ ਪੈ ਜਾਂਦੇ ਆ। ਅੱਜ ਗੁਰਪ੍ਰੀਤ ਸਿੰਘ ਨੇ ਵੀ, ਇਕਲੌਤਾ ਬੇਟਾ ਸੀ ਸਾਡੇ ਪ੍ਰਧਾਨ ਗੁਰਦੀਪ ਸਿੰਘ ਦਾ, ਅਤੇ ਉਹਨੇ ਇਸ ਰਾਹ ਪੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਬਹੁਤ ਮਾੜਾ ਹੋਇਆ, ਅਸੀਂ ਸਰਕਾਰ ਤੋਂ ਇਹਨਾਂ ਵਾਸਤੇ ਆਰਥਿਕ ਮਦਦ ਦੀ ਮੰਗ ਕਰਦੇ ਹਾਂ ਬੀ ਕੇ ਯੂ ਡਕੌਂਦਾ ਵੱਲੋਂ। ਭੀਖੀ ਵਿੱਚ ਬਿਜਲੀ ਸਪਲਾਈ ਦੀ ਵੱਖਰੀ ਲਾਈਨ ਕੱਢਣ ਲਈ ਪਾਵਰਕੌਮ ਦੇ ਅਮਲੇ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਕਿਹਾ ਕਿ ਉਹਨਾਂ ਦੀ ਕਣਕ ਦੀ ਫਸਲ ਖਰਾਬ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕਾਰਪੋਰੇਟ ਘਰਾਣੇ ਦੀ ਸ਼ਹਿਰ ਦੇ ਆਧਾਰ 'ਤੇ ਪੁਰਾਣੀ ਲਾਈਨ ਦੀ ਥਾਂ ਨਵੀਂ ਬਿਜਲੀ ਦੀ ਲਾਈਨ ਪਾਈ ਜਾ ਰਹੀ ਹੈ। ਇਸ ਮੌਕੇ ਪਾਵਰਕੌਮ ਦੇ ਅਧਿਕਾਰੀ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਜਿਸ ਦਾ ਕਿਸਾਨ ਦਾਵਾ ਕਰ ਰਹੇ ਨੇ। ਉਹਨਾਂ ਕਿਹਾ ਕਿ ਬਿਜਲੀ ਸਪਲਾਈ ਨੂੰ ਹੋਰ ਮਜ਼ਬੂਤ ਕਰਨ ਲਈ ਇਹ ਵੱਖਰੀ ਲਾਈਨ ਕੱਢੀ ਜਾ ਰਹੀ ਹੈ। ਉਹ ਲੈਣ ਦੇ ਥੱਲੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਖਰੀਦੀ ਹੋਈ ਇਹਨਾਂ ਨੇ ਜ਼ਮੀਨ, ਉਹ ਇਸ ਨੂੰ ਉਸ ਲੈਣ ਨੂੰ ਪਟਾਉਣ ਦੀ ਨੀਤੀ ਦੇ ਨਾਲ ਨਵੀਂ ਲੈਣ ਕਢਾ ਰਹੇ ਨੇ, ਜਿਹੜਾ ਕਿ ਅੱਜ ਜਿਹੜਾ ਇੱਥੇ ਕਿਸਾਨਾਂ ਦੀ ਬਿਨਾਂ ਮਰਜ਼ੀ ਤੋਂ ਬਿਨਾਂ ਸਹਿਮਤੀ ਤੋਂ ਆਪਦੀ ਮਰਜ਼ੀ ਪੁਰ ਇਸੇ ਬਿਜਲੀ ਬੋਰਡ ਦੇ ਵਿਭਾਗ ਨੇ JVC ਲਾ ਲਈ ਔਰ ਗਿੱਲੀ ਕਣਕ ਪੈਰੀ ਪੁੱਤਾਂ ਵਰਗੀ ਫਸਲ ਨੂੰ ਬੇਦਰਦ ਤਰੀਕੇ ਦੇ ਨਾਲ ਇੱਥੇ ਟੋਆ ਪੁੱਟਿਆ ਗਿਆ, ਮੱਧਿਆ ਗਿਆ। ਔਰ ਜਦੋਂ ਅਸੀਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਇੱਥੇ ਆਏ, ਅਸੀਂ ਗੱਲਬਾਤ ਕੀਤੀ ਵਿਭਾਗ ਨਾਲ ਵੀ ਇੱਕ ਪਾਸੇ ਸਾਡਾ ਕੋਰਟ ਦੇ ਵਿੱਚ ਦਾਵਾ ਚੱਲਦਾ ਜੋ ਪੈਂਡਿੰਗ ਪਿਆ, ਜਾਂ ਤਾਂ ਤੁਸੀਂ ਕੋਈ ਕਿਸਾਨਾਂ ਦੇ ਨਾਲ ਸਹਿਮਤੀ ਬਣਾਓ, ਐਗਰੀਮੈਂਟ ਕਰੋ, ਜਾਂ ਤੁਸੀਂ ਕੋਰਟ ਦੇ ਫੈਸਲੇ ਨੂੰ ਉਡੀਕੋ, ਉਹਨਾਂ ਚੱਕਰ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ। ਪਰ ਮਹਿਕਮਾ ਇਸ ਗੱਲ 'ਤੇ ਪਤਾ ਨਹੀਂ ਕਿਉਂ ਵਿਚਰਦਾ ਔਰ ਨਾਲ ਫੋਰਸ ਲੈ ਕੇ ਜਾਬਰੀ ਕਿਸਾਨ ਦੀ ਫਸਲ ਨੂੰ ਬਰਬਾਦ ਕੀਤਾ ਜਾ ਰਿਹਾ। ਸੋ ਇਸ ਕਰਕੇ ਅਸੀਂ ਇਹਦੇ ਵਿਰੋਧ 'ਚ ਅੱਜ ਇੱਥੇ ਇਹ ਪ੍ਰਦਰਸ਼ਨ ਕੀਤਾ ਔਰ ਇਹ ਵੀ ਕਹਿੰਦੇ ਹਾਂ ਅਸੀਂ ਵੀ ਕਿਸਾਨਾਂ ਦੇ ਨਾਲ ਜ਼ਿਆਦਤੀ ਬਿਲਕੁਲ ਨਹੀਂ ਹੋਣ ਦੇਵਾਂਗੇ। ਜਾਂ ਤਾਂ ਕੋਰਟ ਦੇ ਫੈਸਲੇ ਨੂੰ ਮੰਨ ਕੇ ਉਸ ਦੇ ਆਧਾਰ 'ਤੇ ਵਿਭਾਗ ਬਿਜਲੀ ਬੋਰਡ ਦਾ ਜਿਹੜਾ ਵਿਭਾਗ ਹੈ ਉਹ ਕਾਰਵਾਈ ਕਰੇ, ਜੇ ਆਪਦੀ ਮਰਜ਼ੀ ਕਰੂ, ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ, ਬਿਲਕੁਲ ਹੋਣ ਨਹੀਂ ਦੇਵਾਂਗੇ। ਸਿਵਲ ਸਰਜਨ ਸੰਗਰੂਰ ਡਾਕਟਰ ਕਿਰਪਾਲ ਸਿੰਘ ਵੱਲੋਂ ਸਿਵਲ ਹਸਪਤਾਲ ਧੂਰੀ ਦੀ ਅਚਾਨਕ ਚੈਕਿੰਗ ਕੀਤੀ ਗਈ ਅਤੇ ਹਸਪਤਾਲ ਦੇ ਸਟਾਫ ਦੀ ਹਾਜ਼ਰੀ ਚੈੱਕ ਕੀਤੀ ਗਈ। ਇਸ ਮੌਕੇ ਉਹਨਾਂ ਸਿਵਲ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਦਾ ਜਾਇਜ਼ਾ ਲਿਆ। ਡਾਕਟਰਾਂ ਦੇ OPD ਕਮਰਿਆਂ ਦੇ ਬਾਹਰ ਬੈਠੇ ਮਰੀਜ਼ਾਂ ਨਾਲ ਵੀ ਉਹਨਾਂ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਹਸਪਤਾਲ ਵਿੱਚ ਸਾਰਾ ਪ੍ਰਬੰਧ ਸੱਲੀ ਬਖਸ਼ ਚੱਲ ਰਿਹਾ। ਮੈਂ ਆਪ ਨੂੰ ਦੱਸਣਾ ਚਾਹਾਂਗਾ ਸਿਹਤ ਮਹਿਕਮੇ ਵਾਸਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਹਦਾਇਤਾਂ ਦੇ ਮੁਤਾਬਕ ਲੋਕਾਂ ਨੂੰ ਜੋ ਜਿਹੜੀਆਂ ਸਿਹਤ ਸਹੂਲਤਾਂ ਦੇਣੀਆਂ ਉਹ ਪ੍ਰਮੁੱਖ ਨੇਗੇ ਸਾਡੇ ਵਾਸਤੇ, ਜੇ ਧੁੰਦ ਹੋਵੇ, ਜੇ ਮੀਂਹ ਹੋਵੇ, ਵਟਸਐਪ ਮੇਹ ਵੀ ਹੋਵੇ, ਉਹ ਕੋਈ ਮਾਇਨੇ ਨਹੀਂ ਰੱਖਦੀ ਸਾਡੇ ਵਾਸਤੇ। ਜੋ ਪੇਸ਼ੈਂਟ ਦੀ ਸਿਹਤ ਹੈ ਉਹ ਪਹਿਲਾਂ ਆ ਕੇ ਵੇਖਿਆ, ਸਭ ਤੋਂ ਪਹਿਲਾਂ ਮੈਂ ਦੇਖਿਆ ਜਿਹੜਾ ਐਮਰਜੈਂਸੀ ਦੀ ਐਮਰਜੈਂਸੀ ਦੇ ਵਿੱਚ ਸਾਰੇ ਡਾਕਟਰ ਸਾਹਿਬਾਨ ਅਤੇ ਪੈਰਾਮੈਡੀਕਲ ਸਟਾਫ ਆਪਣਾ ਤਨਦੇਹੀ ਨਾਲ ਡਿਊਟੀ ਕਰ ਰਿਹਾ ਸੀਗਾ, ਠੀਕ ਹੈਗਾ। ਅਤੇ ਮੈਂ ਆਪਣੇ ਤਜਰਬੇ ਦੇ ਮੁਤਾਬਕ ਜੇ ਕੋਈ ਮੈਨੂੰ ਕਮੀ ਪੇਸ਼ੀ ਲੱਗੀ ਹੈਗੀ, ਮੈਨੂੰ ਸਮਝਾ ਦਿੱਤਾ ਗਿਆ ਵੀ ਪੇਸ਼ੈਂਟ ਨੂੰ ਵਧੀਆ ਸਹੂਲਤਾਂ ਦੇਣ ਦੇ ਲਈ ਵੀ ਉਹਨੂੰ ਜਿਹੜਾ ਹੈਗਾ ਆਪਾਂ ਪ੍ਰਾਇਓਰਟੀ 'ਤੇ ਅਟੈਂਡ ਕਰਨਾ ਹੈਗਾ।
ਦੇਖੋ ਜੀ, ਇਸ ਦੇ ਬਾਰੇ ਅਸੀਂ ਅਖਬਾਰਾਂ ਵਿੱਚ ਖਬਰਾਂ ਪੜ੍ਹਦੇ ਰਹਿੰਦੇ ਹਾਂਗੇ। ਸਿਹਤ ਮਹਿਕਮੇ ਵੱਲੋਂ ਇਸ ਸੰਬੰਧੀ ਸਾਡੇ ਡੀ ਐਚ ਓ ਸਾਹਿਬ ਵੱਲੋਂ ਸਮੇਂ ਸਮੇਂ ਸਿਰ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈਗੀ, ਪਰ ਫਿਰ ਵੀ ਮੈਂ ਬੜੀ ਮਨਿਊਟਲੀ ਵੀਕਲੀ ਦੇ ਤੌਰ 'ਤੇ ਇਸ ਸਾਰੇ ਕੇਸਾਂ ਦੀ ਜਿਹੜੇ ਜਾਣਕਾਰੀ ਰੱਖਿਆ ਗਿਆ, ਅਤੇ ਮੌਕਾ ਆਉਣ 'ਤੇ ਜੇ ਸਾਨੂੰ ਕੋਈ ਸੂਹ ਮਿਲੇਗੀ ਉਹ ਅਸੀਂ ਗੁਪਤ ਰੱਖ ਕੇ ਉੱਥੇ ਜਿਹੜਾ ਬਣਦੀ ਕਾਰਵਾਈ ਤੁਰੰਤ ਐਕਸ਼ਨ ਕਰਾਂਗੇ। ਅਤੇ ਆਫਟਰ ਦੈਟ ਜੇ ਸੈਂਪਲ ਦਾ ਫੇਲ ਹੁੰਦਾ ਤਾਂ ਸਾਡੇ ਤੋਂ ਉੱਥੇ ਪਰਚਾ ਦਰਜ ਕਰਾਉਣ 'ਤੇ ਵੀ ਗਰੇਜ਼ ਨਹੀਂ ਕੀਤਾ ਜਾਏਗਾ। ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਖੇਤਰ ਸ਼ੋਕਾ ਚੌਂਕ ਵਿੱਚ ਇੱਕ ਮੋਟਰਸਾਈਕਲ ਉੱਤੇ ਜਾ ਰਹੇ 3 ਲੜਕਿਆਂ ਵਿੱਚੋਂ ਇੱਕ ਵੱਲੋਂ ਹੱਥ ਵਿੱਚ ਫੜ ਕੇ ਪਿਸਟਲ ਨੂੰ ਹਥਿਆਰ ਲਹਿਰਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ 3 ਮੁਲਜ਼ਮਾਂ ਨੂੰ ਕਾਬੂ ਕੀਤਾ ਅਤੇ ਉਹਨਾਂ ਪਾਸੋਂ ਖਿਡੌਣਾ ਪਿਸਟਲ ਬਰਾਮਦ ਕੀਤੀ ਹੈ। ਡੀਸੀਪੀ ਸਿਟੀ 2 PS ਵਿਰਕ ਨੇ ਕਿਹਾ ਕਿ ਜਿਸ ਵੇਲੇ ਨੌਜਵਾਨ ਪਿਸਟਲ ਲਹਿਰਾ ਰਿਹਾ ਸੀ ਤਦ ਇੱਕ ਕਾਰ ਸਵਾਰ ਰਾਹਗੀਰ ਨੇ ਉਸਦੀ ਵੀਡੀਓ ਬਣਾਈ ਅਤੇ ਵਾਇਰਲ ਕਰ ਦਿੱਤੀ ਸੀ। ਉਹਨਾਂ ਕਿਹਾ ਕਿ 3 ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪਰਸੋਂ ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਸੀਗੀ ਜਿਹੜੀ ਆਪਣੀ ਕ੍ਰਿਸਮਸ ਡੇ ਦੇ ਉੱਤੇ, ਕਿ 3 ਟ੍ਰਿਪਲ ਰਾਈਡਿੰਗ ਕਰਦੇ ਹੋਏ ਮੁੰਡੇ ਇੱਕ ਵੈਪਨ ਜਿਹੜੇ ਸੀਗੇ ਹਵਾ 'ਚ ਲਹਿਰਾ ਰਹੇ ਸੀ, ਉਹ ਕ੍ਰਿਸਟਲ ਚੌਂਕ 'ਚ ਸੀਗਾ। ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ ਔਰ ਇਮੀਡੀਏਟਲੀ ਜਿਹੜਾ ਸੀਗਾ CP ਸਾਹਿਬ ਨੇ ਇਹਦਾ ਸਖ਼ਤ ਨੋਟਿਸ ਲਿਆ ਔਰ ਅਸੀਂ ਇਮੀਡੀਏਟਲੀ ਇਹਨੂੰ ਜਿੱਦਾਂ ਵੀ ਸਾਡੇ ਨੋਟਿਸ ਚਾਹੀਏ ਇਹਨੂੰ ਅਸੀਂ ਇਹਨੂੰ ਜਿਹੜੀ ਹੈਗੀ ਆ ਆਪਣੀ ਇਨਵੈਸਟੀਗੇਸ਼ਨ ਸਟਾਰਟ ਕਰਤੀ। ਸੋ ਇਨਵੈਸਟੀਗੇਸ਼ਨ ਸਟਾਰਟ ਕਰਦੇ ਹੋਏ ਅਸੀਂ ਜਿਹੜਾ ਹੈਗਾ ਇਹਨਾਂ 3 ਬੰਦਿਆਂ ਨੂੰ ਫੋਲੋ ਅਪ ਕੀਤਾ ਔਰ ਉਸ ਮੋਟਰਸਾਈਕਲ ਦੇ ਨੰਬਰ ਨੂੰ ਫੋਲੋ ਅਪ ਕਰਦਿਆਂ ਪਤਾ ਲੱਗਾ ਕਿ ਜਿਹੜਾ ਨੰਬਰ ਜਿਹੜਾ ਸੀਗਾ ਇਹਨਾਂ ਦਾ ਕਿਸੇ ਹੋਰ ਮੋਟਰਸਾਈਕਲ ਨੂੰ ਵੀ ਲੱਗਾ ਹੋਇਆ ਸੀ, ਉਹ ਵੀ ਮੋਟਰਸਾਈਕਲ ਜਿਹੜਾ ਸੀਗਾ ਅਸੀਂ ਵੇਖ ਕੇ ਟਰੇਸ ਕਰ ਲਿਆ ਹੈਗਾ। ਸੋ ਇਹਦੇ ਵਿੱਚ ਜਿਹੜੇ 3 ਬੰਦੇ, ਜਿਹੜਾ ਗਗਨਦੀਪ ਸੀਗਾ, ਕਬੀਰ ਸਿੰਘ, ਦਿਲਰਾਜ ਸਿੰਘ ਸੀਗਾ, ਇਹ 3 ਬੰਦੇ ਜਿਹੜੇ ਸੀਗੇ ਇਹ ਇੱਥੇ ਆਪਣੇ ਵੰਡਰ ਕਾਰਨਲ ਚੱਲ ਰਿਹਾ ਹੈਗਾ ਰਣਜੀਤ ਐਵਨਿਊ ਡੀ ਬਲੋਕ ਦੇ ਵਿੱਚ, ਉੱਥੇ ਆਏ ਸੀਗੇ ਅਤੇ ਉੱਥੇ ਇਹਨਾਂ ਨੇ ਜਿਹੜਾ ਇੱਕ ਸੀਗਾ ਟੋਏ ਪਿਸਟਲ ਜਿਹਨੂੰ ਕਹਿੰਦੇ ਖਿਡੌਣਾ ਪਿਸਤੌਲ ਜਿਹੜਾ ਹੈਗਾ ਉਹ ਇਹਨਾਂ ਨੇ ਉੱਥੋਂ ਖਰੀਦਿਆ ਸੀਗਾ ਔਰ ਖਰੀਦਦੇ ਹੋਏ ਜਦੋਂ ਇਹ ਜਾ ਰਹੇ ਸੀਗੇ ਅਤੇ ਉਦੋਂ ਮੁੰਡੇ ਨੇ ਕਿਸੇ ਨੇ ਹੱਥ 'ਚ ਕਰ ਲਿਆ ਅਤੇ ਇਹਦੀ ਜਿਹੜੀ ਵੀਡੀਓ ਪਿੱਛੋਂ ਜਿਹੜੀ ਸੀਗੀ ਉਹ ਬਣਾਈ ਗਈ ਹੈ ਗੱਡੀ ਦੇ ਵਿੱਚੋਂ ਔਰ ਇਹ ਜਿਹੜੀ ਵੀਡੀਓ ਫਿਰ ਵਾਇਰਲ ਹੋ ਗਈ। ਸੋ ਇਮੀਡੀਏਟਲੀ ਸਾਰੀ ਇਨਵੈਸਟੀਗੇਸ਼ਨ ਕਰਕੇ 3 ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਆ ਫੜ ਲਿਆ ਹੈਗਾ ਔਰ ਇਹਨਾਂ ਦੇ ਕੋਲੋਂ ਜਿਹੜਾ ਖਿਡੌਣਾ ਪਿਸਤੌਲ ਸੀਗਾ ਉਹ ਵੀ ਚੰਗੀ ਤਰ੍ਹਾਂ ਚੈੱਕ ਕਰਕੇ ਵੈਰੀਫਾਈ ਕਰਕੇ ਆਪਣੀ ਟੈਕਨੀਕਲੀ ਜਿਹੜੇ ਹੈਗੇ ਸਾਡੇ ਆਰਮਰ ਉਹਨਾਂ ਤੋਂ ਵੀ ਚੈੱਕ ਕਰਵਾ ਕੇ ਪਤਾ ਕਰ ਲਿਆ ਕਿ ਵਾਕਈ ਹੀ ਖਿਡੌਣਾ ਪਿਸਤੌਲ ਸੀਗਾ। ਸੋ ਇਸ ਤਰ੍ਹਾਂ ਕਰਕੇ ਜਿਹੜਾ ਬੜਾ ਵੱਡਾ ਇੱਕ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਸੀਗਾ ਕਿ ਅੰਮ੍ਰਿਤਸਰ ਦੇ ਵਿੱਚ ਹਥਿਆਰ ਘੁਮਾ ਕੇ ਲੈ ਕੇ ਆ, ਜਿੱਦਾਂ CP ਸਾਹਿਬ ਉਹਨਾਂ ਜਿਹੜੀ ਜੀਓ ਟੋਲਰੈਂਸ ਟੂਵਰਡਸ ਜਿਹੜੀ ਆ ਆਮ ਦਰਖਤ ਹੈਗੀ ਹੈ ਕਿ ਕੋਈ ਵੀ ਬੰਦਾ ਜਿਹੜਾ ਇੱਦਾਂ ਦਹਿਸ਼ਤ ਪਾਉਂਦਾ ਜਾਂ ਕੁਛ ਵੀ ਕਰਦਾ ਉਹਨੂੰ ਜਿਹੜਾ ਇਮੀਡੀਏਟਲੀ ਸਖ਼ਤ ਕਾਰਵਾਈ ਕਰਦੇ ਹੋਏ ਇਹਨਾਂ 3 ਨੂੰ ਜਿਹੜਾ ਹੈਗਾ ਅਸੀਂ ਰਾਊਂਡ ਅਪ ਕਰਕੇ ਪੁੱਛਗਿੱਛ ਕੀਤੀ ਔਰ ਇਹਨਾਂ ਦਾ ਖਿਡੌਣਾ ਪਿਸਤੌਲ ਜਿਹੜਾ ਸੀਗਾ ਉਹ ਵੀ ਕਰ ਲਿਆ। ਔਰ ਸਾਥ ਹੀ ਸਾਥ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਜਦੋਂ ਵੀ ਕੋਈ ਐਸੀ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰਦੇ ਹੁੰਦੇ ਥੋੜ੍ਹੀ ਜਿਹੀ ਮਤਲਬ ਇਹਦੀ ਜਿਹੜੀ ਹੈਗੀ ਆ ਵੈਰੀਫਿਕੇਸ਼ਨ ਜਿਹੜੀ ਹੈਗੀ ਆ ਜ਼ਰੂਰ ਕਰ ਲਿਆ। ਅੰਮ੍ਰਿਤਸਰ ਵਿੱਚ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਅੱਡਾ ਬੌਲੀ ਰਾਮ ਤੀਰਥ ਰੋਡ ਦੇ ਮੁੱਖ ਪ੍ਰਬੰਧਕ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਵੱਲੋਂ 4 ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਖਾਂ ਦੇ ਚਿੱਟੇ ਮੋਤੀਆਂ ਦੇ ਆਪਰੇਸ਼ਨ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਦੱਸਿਆ ਕਿ ਅੱਖਾਂ ਦੇ ਆਪਰੇਸ਼ਨ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਕੀਤੇ ਜਾਣਗੇ। ਭਾਈ ਅਮਨਦੀਪ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਖੇ ਤਜਰਬੇਕਾਰ ਡਾਕਟਰਾਂ ਦੀ ਟੀਮ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਦੀ ਹੈ। ਉਹਨਾਂ ਕਿਹਾ ਕਿ ਇੱਥੇ 20 ਰੁਪਏ ਦੀ ਪਰਚੀ ਵਿੱਚ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਅਤੇ ਸਾਰੇ ਖੂਨ ਦੇ ਟੈਸਟ ਐਕਸਰੇ ਅਲਟਰਾਸਾਊਂਡ ਲਾਗਤ ਮੁੱਲ ਉੱਤੇ ਹੀ ਕੀਤੇ ਜਾਂਦੇ ਨੇ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿ ਸੰਗਤ ਜੀ। ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੀਆਂ ਸੀਸਾਂ ਸਦਕਾ, ਮਹਾਂਪੁਰਸ਼ਾਂ ਦੀਆਂ ਭਾਈ ਸਾਹਿਬ ਜੀ ਦੀਆਂ ਸੀਸਾਂ ਸਦਕਾ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ। ਇਸ ਹਸਪਤਾਲ ਦੇ ਵਿੱਚ ਜਿੱਥੇ ਇੱਕੋ ਛੱਤ ਥੱਲੇ ਸਾਰੇ ਇਲਾਜ ਹੁੰਦੇ ਨੇ, ਸਾਹਿਬਜ਼ਾਦਿਆਂ ਦੀ ਧੰਨ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਕੇ ਹੁਣ ਇੱਕ ਨਵਾਂ ਉਪਰਾਲਾ ਇਸ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਕਿ ਅੱਖਾਂ ਦੇ ਓਪਰੇਸ਼ਨ
ਚਿੱਟੇ ਮੋਤੀ ਇਹਦੇ ਵਿਸ਼ੇਸ਼ ਕਰਕੇ ਓਪਰੇਸ਼ਨ ਇਸ ਹਸਪਤਾਲ ਵਿੱਚ ਹੋਇਆ ਕਰਨਗੇ ਔਰ ਜਿਹੜੇ ਲੋੜਵੰਦ ਨੇ ਉਹਨਾਂ ਦਾ ਇੰਨਾ ਲਾਭ ਹੋ ਜਾਏਗਾ ਮਰੀਜ਼ਾਂ ਦਾ ਜਿਹੜਾ ਓਪਰੇਸ਼ਨ ਤਕਰੀਬਨ 30-32 ਹਜ਼ਾਰ ਰੁਪਇਆ ਬਾਜ਼ਾਰ ਲੱਗਦਾ ਇਹ ਤਕਰੀਬਨ ਇੱਥੇ 4 ਕੁ ਹਜ਼ਾਰ ਦੇ ਵਿੱਚ ਹੋ ਜਾਇਆ ਕਰੇਗਾ ਇੰਨੀਆਂ ਵੱਡੀਆਂ ਸੀਸਾਂ ਜੋ ਲੋੜਵੰਦਾਂ ਦੀਆਂ ਸਾਡੇ ਗਰੀਬਾਂ ਦੀ ਝੋਲੀ ਦੇ ਵਿੱਚ ਪੈਣਗੀਆਂ ਮੈਂ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਆਪ ਜੀ ਅਸੀਸ ਦੇਣਾ ਔਰ ਹਰ ਪੱਖ ਤੋਂ ਸਹਿਯੋਗ ਦੇਣਾ ਕਿ ਗੁਰੂ ਰਾਮਦਾਸ ਜੀ ਆਪਣੀਆਂ ਸੇਵਾਵਾਂ ਲੈਂਦੇ ਰਹਿਣ ਇਹ ਓਪਰੇਸ਼ਨ ਹਰ ਮੰਗਲਵਾਰ ਤੇ ਵੀਰਵਾਰ ਦੁਪਹਿਰੇ 1 ਵਜੇ ਜੋ ਹਸਪਤਾਲ ਵਿਖੇ ਹੋਇਆ ਕਰਨਗੇ ਲੋੜਵੰਦ ਮਰੀਜ਼ ਇਤੋਂ ਲਾਭ ਵੀ ਲੈਣ ਔਰ ਇਸ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰਨ ਦੀ ਕਿਰਪਾਲਤਾ ਕਰਿਓ ਜੀ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦੇ ਨਜ਼ਰ ਮਾਰਦੇ ਮੌਸਮ ਦੇ ਹਾਲ ਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟਿਊਬ ਦੇ ਨਾਲ ਧੰਨਵਾਦ।